ढाका केड़े देश की राजधानी है? सब तो पहला उन्होंने बजर प्रेस किया, बिल्कुल सही जवाब देके सीधा 20 पॉइंट। कुड़ियां कड़ियां दा इन्हें पता। केड़ी कंट्री दे कैलेंडर च 13 मंथ ने? अरे ऑप्शंस हैगे ने, तुसी बजर दब सकदे हो। मैं तो दबे कठे नहीं, मेरा खराब हो गया बिरी लगी। नहीं नहीं बट आ लो चलते गल खराब नहीं गल। नहीं नहीं तू किस तरह से चीटिंग कर रहा है, चलता था प्यार। मैं पर्पल पहले कहता सी सर। सर बजर दबना सी गा, इतना थोड़ी होंदा बजर दबना सी ना। हां जी सर, देयर आर सम रूल्स। मैं पर सर गलत जवाब। इन्हें ना नकल भी अगल ना बजती है फिर बराबर ही है ना, अपन दो ना लिखवाने होते युवराज से हैं बस। यार डन हो गया, ये नहीं हो सकता। युवराज हंस एंड अहम। ਕੀ ਹਾਲ ਚਾਲ ਹੈ ਤੁਹਾਡੇ? ਵਧੀਆ ਵਧੀਆ ਇੱਕਦਮ ਓਕੇ ਰਿਪੋਰਟ। ਜਿਵੇਂ ਕਿ ਮੈਂ ਤੁਹਾਡੀ ਇੰਟਰੋ 'ਚ ਕਿਹਾ ਕਿ ਅੱਜ ਸ਼ੋਅ ਦਾ ਮਾਹੌਲ ਬਹੁਤ ਮਿਊਜ਼ੀਕਲ ਹੋਣ ਵਾਲਾ ਹੈ, ਕਿਉਂਕਿ ਇੱਕ ਚੀਜ਼ ਦੀ ਗਵਾਹੀ ਅਸੀਂ ਭਰੀ ਹੈ ਜਿਹੜੀ ਤੁਸੀਂ ਸ਼ਾਇਦ ਇਸ ਸ਼ੋਅ 'ਚ ਦੇਖ ਸਕਦੇ ਹੋ ਕਿ ਕਿਵੇਂ ਅੱਜ ਦਾ ਸਾਡਾ ਇਹ ਮਾਹੌਲ ਮਿਊਜ਼ੀਕਲ ਹੋਣ ਵਾਲਾ ਹੈ, ਕਿਉਂਕਿ ਜਿਹੜੀ ਤੁਸੀਂ ਕਾਰਨਾਮੇ ਬਜ਼ਰ ਦੇ ਨਾਲ ਕੀਤੇ ਨੇ, ਨੋਬਡੀ ਕੈਨ ਡੂ ਦਿਸ। ਬਸ ਫੇ ਹੁਣ ਮਸਾ ਮਸਾ ਤਾਂ ਸਾਨੂੰ ਇਦਾਂ ਦੀਆਂ ਖੇਡਾਂ ਲੱਗੀਆਂ, ਛੋਟੇ ਹੁੰਦੇ ਬਹੁਤ ਸ਼ੌਂਕ ਸੀਗਾ। ਅੱਜ ਤੁਹਾਡਾ ਬਜ਼ਰ ਖਰਾਬ ਹੋਊਗਾ ਹੀ ਹੋਊਗਾ। ਕੋਈ ਗੱਲ ਨਹੀਂ, ਦੇਖ ਲੈਣੇ ਸਾਡੇ ਵਿਚਾਰੇ ਲਾਲ ਮਹਾਰਾਜ ਜੀ, ਇਹ ਤਾਂ ਜਤੌਣ ਤੇ ਲੱਗੇ ਹੋਏ ਨੇ ਸਾਰਿਆਂ ਨੂੰ। ਲਾਲ ਮਹਾਰਾਜ ਸਾਥ ਦੇ ਸਾਡਾ, ਮੈਂ ਲਾਲ ਕੋਟ ਕੋਟੀ ਵੀ ਪਾ ਕੇ ਆਇਆ ਅੱਜ। ਲਾਲ ਹੀ ਆ ਨਾ? ਹਾਂਜੀ ਬਿਲਕੁਲ, ਮੈਚਿੰਗ ਹੋ ਰਹੀ ਹੈ ਤੁਹਾਡੀ ਲਾਲ ਮਹਾਰਾਜ ਜੀ ਨਾਲ, ਤੇ ਇਹਨਾਂ ਤੋਂ ਮਿਊਜ਼ਿਕ ਵੀ ਨਿਕਲ ਸਕਦਾ ਹੀ ਨਹੀਂ, ਮੈਂ ਕਦੇ ਇਮੇਜਿਨ ਕੀਤਾ ਸੀ ਜੋ ਕਿ ਦੇਖ ਲਓ ਇਹਨਾਂ ਨੇ ਪੋਸੀਬਲ ਕਰਤਾ। ਇਹ ਫੇਕ ਤਾਂ ਹੀ ਆ ਫਿਰ, ਤੇ ਸਾਡੀ ਆਡੀਅנס ਲਈ ਇਹ ਸਟਿਲ ਸਸਪੈਂਸ ਆ ਸੀ। ਤੁਹਾਨੂੰ ਕੋਈ ਨਾ ਸਸਪੈਂਸ ਤੇ ਪਰਦਾ ਹਟਾਵਾਂਗੇ ਅੱਗੇ ਆ ਕੇ। ਬਿਲਕੁਲ, ਤੇ ਹੁਣ ਗੇਮ ਲਈ ਰੈਡੀ ਹੋ? ਬਹੁਤ ਜ਼ਿਆਦਾ ਖਤਰਨਾਕ ਤਰੀਕੇ ਨਾਲ ਰੈਡੀ, ਕਿਉਂਕਿ ਉਦਾਂ ਤਾਂ ਤੁਸੀਂ ਦੇਖੋ ਰੀਅਲ ਲਾਈਫ 'ਚ ਫਰੈਂਡਸ ਹੋ, ਬਟ ਇੱਥੇ ਅਸੀਂ ਤੁਹਾਡੇ ਪੂਰੇ ਟੱਕਰੇ ਕਰਾਉਣੇ ਨੇ ਕੰਪੈਟੀਟਰਸ। ਡਨ ਹੋ ਗਿਆ? ਠੀਕ ਹੈ ਜੀ, ਬਿਲਕੁਲ ਜੀ। ਮੇਰੇ ਵੱਲੋਂ ਤੁਹਾਨੂੰ ਦੋਹਾਂ ਨੂੰ ਆਲ ਦਾ ਬੈਸਟ। ਥੈਂਕ ਯੂ ਇਸ ਗੇਮ ਦੇ ਲਈ। ਦੇਖਦੇ ਹਾਂ ਕੌਣ ਬਾਜ਼ੀ ਮਾਰਦਾ ਹੈ ਤੇ ਜਿੱਤਦਾ ਸਾਡਾ ਅੱਜ ਦਾ ਇਸ਼ੂ। ਡਨ, ਮੈਂ ਤੁਹਾਨੂੰ ਦੋਹਾਂ ਨੂੰ ਰਿਕੁਐਸਟ ਕਰਦੇ ਕਿ ਲਾਲ ਮਹਾਰਾਜ ਜੀ ਦੇ ਸਾਹਮਣੇ ਜਾ ਕੇ ਤੁਸੀਂ ਵਿਰਾਜਮਾਨ ਹੋ ਜਾਓ। ਆਓ ਜੀ, ਡਨ ਹੋ ਗਿਆ ਸਰ। ਲਾਲ ਮਹਾਰਾਜ ਕੀ ਜੈ। And 1, 2, 3, go! Jingle bell, jingle bell, jingle all the way. ਦੇਖਿਆ ਮੈਂ ਕਿਹਾ ਹੀ ਨਾ ਤੁਹਾਡਾ ਕੰਮ ਖਰਾਬ ਕਰ ਦਿਆ। ਲਾਲ ਮਹਾਰਾਜ ਗੁੱਸੇ ਹੋ ਗਏ ਸੀ, ਮਾਫੀ ਮਾ। ਜ਼ਿਆਦਾ ਐਕਸਾਈਟਡ ਹੋ ਗਏ ਸੀ ਲਾਲ ਮਹਾਰਾਜ ਜੀ। ਹਾਂਜੀ, ਤੇ ਹੁਣ ਆਪਾਂ ਕਰਦੇ ਗੇਮ ਸ਼ੁਰੂ, ਤੇ ਗੇਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੋਅ ਦਾ ਫਾਰਮੈਟ ਸਮਝਾ ਦਿੰਦੀ ਹਾਂ ਕਿ ਸ਼ੋਅ ਦਾ ਫਾਰਮੈਟ ਕੀ ਆ। ਇਸ ਸ਼ੋਅ 'ਚ ਤੁਹਾਨੂੰ ਟੋਟਲ 20 ਸਵਾਲ ਪੁੱਛੇ ਜਾਣਗੇ। ਅੱਛਾ ਜੀ। ਪਹਿਲੇ 8 ਸਵਾਲ 5 ਪੁਆਇੰਟਸ ਦੇ, ਦੂਸਰੇ 8 ਸਵਾਲ 10 ਪੁਆਇੰਟਸ ਦੇ, ਤੇ ਅਖੀਰਲੇ 4 ਸਵਾਲ 20 ਪੁਆਇੰਟਸ ਦੇ। ਡਨ। ਠੀਕ ਹੈ ਜੀ। ਡਨ। ਤੇ ਸ਼ੋਅ ਦੇ ਰੂਲਸ ਸਿੰਪਲ ਜਿਹੇ ਸਿੱਧੇ ਸਾਦੇ 4 ਰੂਲ ਨੇ। ਪਹਿਲਾ ਰੂਲ, ਆਨਸਰ ਦੇਣ ਲਈ ਬਜ਼ਰ ਦੱਬਣਾ, ਯਾਨੀ ਕਿ ਲਾਲ ਮਹਾਰਾਜ ਜੀ ਨੂੰ ਦੱਬਣਾ ਜ਼ਰੂਰੀ ਹੈ। ਡਨ ਜੀ, ਡਨ ਜੀ। ਠੀਕ ਹੈ ਜੀ। ਦੂਸਰਾ ਰੂਲ, ਜਿਹੜਾ ਪਹਿਲਾਂ ਬਜ਼ਰ ਦੱਬੇਗਾ ਪਹਿਲਾਂ ਜਵਾਬ ਦੇਣ ਦਾ ਮੌਕਾ ਵੀ ਉਸੇ ਨੂੰ ਮਿਲੇਗਾ। ਤੀਸਰਾ ਰੂਲ, ਹਾਂ, ਸ਼ੋਅ 'ਚ ਸਿਰਫ 2 ਹੀ ਮੌਕੇ ਦਿੱਤੇ ਜਾਣਗੇ। ਡਨ ਜੀ। ਠੀਕ ਹੈ ਜੀ। ਚੌਥਾ ਤੇ ਲਾਸਟ ਰੂਲ, ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਜੇ ਕੋਈ ਵੀ ਯੈਸ ਇਹ ਕੀ ਹੋਊਗਾ ਤਾਂ ਉਹ ਸਵਾਲ 'ਚ ਆਊਟ ਹੋ ਜਾਊਗਾ। ਓ ਓ, ਡਿਸਕੁਆਲੀਫਾਈ। ਯੈਸ। ਪਹਿਲਾਂ ਦੇ ਦਿਓ, ਠੀਕ ਹੈ? ਨਹੀਂ, ਆਪਣੇ ਹੱਥੋਂ ਤੇ ਕਾਬੂ ਰੱਖੂੰਗਾ। ਯੈਸ, ਮੇਰਾ ਪੂਰਾ ਸਵਾਲ ਖਤਮ ਹੋਣ ਦੀ ਵੇਟ ਕਰ ਰਹੀ ਹੈ, ਫਿਰ ਤੁਸੀਂ ਆਰਾਮ ਨਾਲ ਜਵਾਬ ਦੇ ਸਕਦੇ। ਡਨ ਹੋ ਗਿਆ। ਹਮ ਹਮਾ ਕੇ ਡਨ ਹੋ ਗਿਆ। ਕਰੀਏ ਫਿਰ ਗੇਮ ਦੀ ਸ਼ੁਰੂਆਤ। ਬਿਲਕੁਲ ਬਿਲਕੁਲ। ਚਲੋ ਜੀ, ਵਾਹਿਗੁਰੂ। ਆਲ ਦਾ ਬੈਸਟ ਬੜੀ। ਯੇ ਹੈਲਦੀ ਕੰਪੀਟੀਸ਼ਨ। ਯੈਸ ਸਰ। ਆ ਜਾ ਮੁੰਡਾ। ਇਹ ਸਭ ਤੋਂ ਪਹਿਲਾ ਨਾਨ ਫਿਲਮੀ ਕੁਇਜ਼। ਓਕੇ, ਤੇ ਨਾਨ ਫਿਲਮੀ ਕੁਇਜ਼ ਦਾ ਪਹਿਲਾ ਸਵਾਲ ਇਹ ਰਿਹਾ, ਪੰਜਾਬੀ ਮੁਹਾਵਰੇ ਸਿੱਕਾ ਜੰਮਣਾ ਦਾ ਮੀਨਿੰਗ ਕੀ ਹੈ? ਤੁਹਾਡੇ ਆਪਸ਼ਨਸ ਨੇ, ਜਿਵੇਂ ਕਿ ਸਭ ਤੋਂ ਪਹਿਲਾਂ ਅਹਿਮ ਜੀ ਨੇ ਬਜ਼ਰ ਪ੍ਰੈਸ ਕੀਤਾ। ਇਹ ਦਿੱਖਾ ਨਹੀਂ ਹੋਗਾ, ਮੈਂ ਤਾਂ ਬਾਹਰ ਹੋ ਗਿਆ। ਨਹੀਂ ਨਹੀਂ, ਉਹ ਸਵਾਲ ਖਤਮ ਹੋ ਗਿਆ। ਨਹੀਂ, ਸਵਾਲ ਖਤਮ ਹੋ ਗਿਆ। ਆਪਸ਼ਨਸ ਮੈਂ ਬਾਅਦ ਚੋਂ ਦੱਸ ਸਕਦੀ ਹਾਂ। ਆਪਸ਼ਨ ਦੀ ਲੋੜ ਹੈਗੀ ਆ? ਹਾਂ, ਸੁਣ ਲੈਣੇ ਕੋਈ ਨਹੀਂ, ਮੈਂ ਗਲਤ ਟਕਰਾਵਾਂ ਇਸ ਤਰ੍ਹਾਂ। ਹਾਂਜੀ, ਤੁਹਾਡੇ ਆਪਸ਼ਨਸ ਨੇ, ਗਵਾਹੀ ਦੇਣਾ, ਮੰਨਿਆ ਪਰ ਮੰਨਿਆ ਹੋਣਾ, ਜਾਂ ਰੌਲਾ ਪਾਉਣਾ। ਸੈਕੰਡ ਵਾਲਾ ਜੀ, ਮੰਨਿਆ ਪਰ ਮੰਨਿਆ ਹੋਣਾ। ਬਿਲਕੁਲ ਸਹੀ ਜਵਾਬ, ਤੇ ਨਾਲ ਹੀ 5 ਪੁਆਇੰਟਸ।
ਇਹਨਾਂ ਦਿਮਾਗ ਤੇ ਜ਼ੋਰ ਨਹੀਂ ਪਾਉਣਾ ਤੁਸੀਂ, ਆਪਸ਼ਨਸ ਵੀ ਹੈਗੇ ਨੇ, 3400 ਸੈਕਿੰਡ, 3500 ਸੈਕਿੰਡ ਜਾਂ ਫਿਰ 3600 ਸੈਕਿੰਡ। 3600। ਓ ਮਾਈ ਗੋਡ, ਸਹੀ ਜਵਾਬ। ਮੇਰਾ ਖਰਾਬ ਹੋ ਗਿਆ ਵੀਰੇ ਤੇ ਗੇਮ। ਨਹੀਂ ਨਹੀਂ ਬਟ ਆ ਲੋ ਚੱਲਦੇ ਨਹੀਂ, ਗੱਲ ਖਰਾਬ ਨਹੀਂ ਨਹੀਂ ਚੱਲ ਵੀਰੇ। ਨਹੀਂ ਨਹੀਂ ਤੁਸੀਂ ਤਾਂ ਬੜਾ ਚੀਟਿੰਗ ਕਰ ਰਿਹਾ ਵੇ, ਚੱਲਦਾ ਤਾਂ ਪਿਆ ਇੱਥੇ ਦੱਬੀ ਜਾ ਰਿਹਾ ਜਾ ਕੇ ਚੀਟ। 3600 ਬਿਲਕੁਲ ਸਹੀ ਜਵਾਬ ਹੈ ਤੇ ਇਸੇ ਦੇ ਨਾਲ ਹੀ ਪਾ ਗਿਆ ਪਿੱਛੋਂ ਪਰਚੀਆਂ ਲਈ। ਨੇਪਾਲ, ਭੂਟਾਨ ਜਾਂ ਬੰਗਲਾਦੇਸ਼। ਗਲਤ ਜਵਾਬ। ਅਗਲਾ ਸਵਾਲ ਬਲੈਕ ਹੋ ਗਿਆ, ਰੈਡ ਹੋ ਗਿਆ, ਬਟ ਜਿਹੜੇ ਉਹ ਦੂਜੇ ਹੁੰਦੇ ਨਾ ਜਿੱਦਾਂ ਗ੍ਰੀਨ ਦੇ ਕਿੰਨੇ ਟੋਨ ਹੁੰਦੇ ਆ ਉਹ ਚ ਸਮਝ ਨਹੀਂ ਆਉਂਦਾ। ਮੈਂ ਤੁਹਾਨੂੰ ਪ੍ਰੋਪਰ ਟੋਨ ਦਿਖਾਵਾਂਗੇ, ਕਲਰ ਜਿਹੜਾ ਕਲਰ ਵੀ ਸਕਰੀਨ ਤੇ ਹੋਊਗਾ ਤੁਸੀਂ ਉਸ ਕਲਰ ਦੇ 5 ਨੈਚੁਰਲ ਆਬਜੈਕਟ ਦੱਸਣੇ ਆ। ਸਿਰਫ 30 ਸੈਕਿੰਡਸ ਦਾ ਟਾਈਮ ਮਿਲੂਗਾ ਤੇ ਸਿਰਫ ਇੱਕ ਹੀ ਜਣੇ ਨੂੰ ਮੌਕਾ ਮਿਲੂਗਾ ਜਿਹੜਾ ਸਭ ਤੋਂ ਪਹਿਲਾਂ ਬਜ਼ਰ ਦੱਬੇਗਾ। ਡਨ, ਮੈਂ ਆਪਣਾ ਟਾਈਮਰ ਸੈੱਟ ਕਰ ਲਾਂ। ਹਾਂਜੀ, ਕੋਈ ਆਲ ਦਾ ਬੈਸਟ ਨਹੀਂ, ਦੁਸ਼ਮਣੀ ਹੋ ਗਈ ਹੁਣ ਤੇਰੀ ਮੇਰੀ। ਇੱਕੋ ਕਰਨ ਅਰਜੁਨ ਚਾਹੀਦੀ ਸੀ ਜਿਹੜੀ ਲੈਣ ਦੀ, ਉਹ ਬਿਜ਼ੀ ਟਿਕਾਵੇ ਨਾ, ਕੋਈ ਦੋਸਤ ਨਹੀਂ। ਡਨ ਹੋ ਗਿਆ ਸਰ, ਮੈਂ ਹਾਰ ਜਾਗਾ। ਤੁਹਾਡਾ ਉਹ ਕਲਰ ਹੈ। ਹਾਂਜੀ, ਸਭ ਤੋਂ ਪਹਿਲਾਂ ਹਾਂਜੀ ਟਾਈਮਰ ਸ਼ੁਰੂ ਹੋ ਗਿਆ। ਤੁਸੀਂ ਇੰਨਾ ਕੁ ਹੋ ਗਿਆ, ਮੈਂ ਸੋਚ ਰਿਹਾ ਬੜਾ, ਮੈਨੂੰ ਸੋਚ ਰਿਹਾ ਬੜਾ। ਅੱਛਾ, ਇੱਕ ਮਿੰਟ ਟਾਈਮ ਨਹੀਂ, ਅਸੀਂ ਸਟਾਰਟ ਹੋ ਗਿਆ। ਹਾਂਜੀ, ਉਹੀ ਹੋ ਗਿਆ ਸੀ ਜਦੋਂ ਪਿੰਕ ਪਿੰਕ ਸਰ ਬॉयਜ਼ ਵਿਲ ਬੀ ਬॉयਜ਼। ਤੋ ਪਿੰਕ ਤਾਂ ਕੁਝ ਜਿਆਦਾ ਨਹੀਂ ਯਾਰ ਮੇਰੇ। ਲਿਪਸਟਿਕ ਲਿਪਸਟਿਕ ਕੀ ਹੁੰਦਾ ਪਹਿਲਾਂ ਦੱਸੋ। ਓਕੇ, ਲਿਪਸਟਿਕ ਹੁੰਦਾ, ਲਿਪਸਟਿਕ। ਓਕੇ, ਲਿਪਸਟਿਕ ਹੋ ਗਈ, ਪਰ ਉਹ ਨੈਚੁਰਲ ਥੋੜੀ ਹੈ ਯਾਰ। ਦੈਟਸ ਨਾਟ ਨੈਚੁਰਲ ਯਾਰ। ਸ਼ਲਗਮ, ਸ਼ਲਗਮ ਪਿੰਕ ਆ ਹੋ ਗਿਆ, ਟਾਈਮਰ ਖਤਮ। ਚਲੋ ਪਹਿਲਾ ਆਪਸ਼ਨ ਦੱਸਿਆ ਸੀ, ਨਹੀਂ ਮੌਕਾ ਦੂਸਰੇ ਨੂੰ ਨਹੀਂ ਦਿੱਤਾ ਜਾਏਗਾ। ਸਰ ਇਹ ਤਾਂ ਕੋਈ ਹੁੰਦੇ ਨਹੀਂ। ਚਲੋ ਉਦਾਂ ਹੀ ਨਾਲ ਦਾ ਕੰਸੋਲੇਸ਼ਨ ਲੈ ਲਓ। ਹਾਂ ਹਾਂ, ਉਦਾਂ ਯਾਰ ਗੱਲ ਤੇ ਸਕਰੀਨ ਪਿੰਕ ਲਿਪਸ। ਹਾਂ, ਲਿਪਸ ਪਿੰਕ, ਜੀਬ ਟੰਗ ਹੋ ਗਈ, ਬਿਲਕੁਲ ਟੰਗ ਜੀਬ ਪਿੰਕ, ਲਿਪਸ ਪਿੰਕ, ਬੁੱਟ ਪਿੰਕ, ਗਮਸ ਬਿੰਕ ਯਾਰ। ਹਾਂ, ਯੈਸ ਯੈਸ ਯੈਸ, ਬੁੱਟ ਹੋ ਗਏ, ਬੁੱਟ ਟੰਗ ਲਿਪਸ ਪਿੰਕ ਚੀਕਸ, ਨਹੀਂ ਇਹ ਤਾਂ ਨੈਚੁਰਲ ਨਹੀਂ ਹੁੰਦਾ। ਨਹੀਂ, ਪਿੰਕ ਪਿੰਕ ਫਲਾਰ, ਪਿੰਕ ਫਲਾਰਸ ਵੀ ਹੁੰਦੇ ਆ। ਫਿਰ ਚਾਰ ਹੋ ਗਏ, ਇੱਕ ਹੋ ਗਿਆ ਰੈਸ, ਪਿੰਕ ਪਿੰਕੀ ਮੋਗੇ ਵਾਲੀ, ਮੋਗੇ ਪਿੰਕੀ ਹੋ ਗਈ ਹਾਲੀ, ਪਿੰਕੀ ਮੋਗੇ ਵਾਲੀ ਨਹੀਂ। ਪਹਿਲੇ ਮੰਗ ਦੱਸੋ ਤੁਸੀਂ, ਅਨੀਅਨ। ਓ ਦੋਨੋਂ
ਸਕਰੀਨ ਤੇ ਨਹੀਂ ਹੋਏਗਾ ਮੈਂ ਹੀ ਪੁੱਛੂੰਗਾ ਓਕੇ ਠੀਕ ਹੈ ਕਿਹੜੀ ਕੰਟਰੀ ਦੇ ਕੈਲੰਡਰ ਚ 13 ਮੰਥ ਨੇ ਅਰੇ ਆਪਸ਼ਨਸ ਹੈਗੇ ਨੇ ਤੁਸੀਂ ਵਜ਼ਰ ਦੱਬ ਸਕਦੇ ਹੋ ਇਕੱਠੇ ਦੱਬੇ ਇਕੱਠੇ ਨਹੀਂ ਇਕੱਠੇ ਦੱਬਿਆ ਨਹੀਂ ਇਕੱਠੇ ਦੱਬੇ ਯਾਰ ਇਕੱਠੇ ਦੱਬੇ ਨੇ ਇਕੱਠੇ ਦੱਬਿਆ ਸੀ ਯੁਵਰਾਜ ਜੀ ਤੁਸੀਂ ਮਿਨੀ ਸੈਕਿੰਡ ਤੋਂ ਪਹਿਲਾਂ ਦੱਬਿਆ ਦੇਖੋ ਮੇਰਾ ਖਰਾਬ ਵੀ ਹੈ ਨਾ ਮੇਰਾ ਖਰਾਬ ਵੀ ਹੈ ਨਾ ਕੈਮਰਾ ਸਭ ਕੁਝ ਖੜ ਲੈਂਦਾ ਹਾਂਜੀ ਮੇਰਾ ਤੁਹਾਡੇ ਆਪਸ਼ਨਸ ਨੇ ਸਵੀਡਨ ਫਰਾਂਸ ਜਾਂ ਇਥੀਓਪੀਆ ਕੁਐਸਚਨ ਕੀ ਸੀਗਾ ਕੀ ਸੀਗਾ ਕਿਹੜੀ ਕੰਟਰੀ ਦੇ ਕੈਲੰਡਰ ਚ 13 ਮੰਥ ਨੇ ਹਾਂ ਸਵੀਡਨ ਫਰਾਂਸ ਜਾਂ ਇਥੀਓਪੀਆ ਇਥੀਓਪੀਆ ਗਲਤ ਬਿਲਕੁਲ ਸਹੀ ਜਵਾਬ ਹੈ ਮੇਰੇ 10 ਤੇ 10 ਹੋ ਰਹੀ ਹੈ ਪੰਜ ਪਿੱਛੇ ਹੋ ਗਈ ਹੋਇਆ ਤੇ ਕੁਝ ਤਾਂ ਹੋਇਆ ਯਾਰ ਕੁਝ 15 10 ਬਿਲਕੁਲ ਸਹੀ ਜਵਾਬ ਕੀ ਤੁੱਕਾ ਵੱਜਾ ਵੀ ਕੀ ਤੁੱਕਾ ਵੱਜਾ ਵਾਹ ਵਾਹ ਮੈਨੂੰ 1% ਵੀ ਨੌਲੇਜ ਨਹੀਂ ਸੀ ਇਹਦੀ ਬਟ ਤੁੱਕਾ ਵੱਜ ਗਿਆ ਵੈਸੇ ਜੇ ਤੁਸੀਂ ਚਾਹੁੰਦੇ ਹੋ ਮੈਂ ਦੱਸ ਸਕਦੀ ਹਾਂ ਜੀ ਹਾਂਜੀ ਸਗੋਂ ਚੰਗਾ ਨਾ ਅਸੀਂ ਵੀ ਨੰਬਰ ਬਣਾਵਾਂਗੇ ਕਿਤੇ ਸ਼ੋ ਸ਼ੋ ਚ ਪੁੱਛ ਲਾਂਗੇ ਕਿਸੇ ਨੂੰ ਪਤਾ ਵੀ ਸਾਡੇ 13ਵੇਂ ਮੰਥ ਸ਼ੋ ਉੱਥੇ ਉਹਨਾਂ ਦੇ ਜਿਹੜੇ 12 ਮੰਥ ਨੇ ਉਹ 30 ਦਿਨ ਦੇ ਹੀ ਨੇ ਓਕੇ ਜਿਹੜਾ ਐਂਡ ਵਾਲਾ ਮੰਥ ਆ ਜਿਹਨੂੰ ਕਿ ਮੈਂ ਪੈਗੂ ਮੇ ਕਿਹਾ ਜਾਂਦਾ ਉਹ ਸਿਰਫ ਹਾਂਜੀ ਉਹ ਸਿਰਫ 5 ਦਿਨਾਂ ਦਾ ਹੁੰਦਾ ਨਹੀਂ ਨਹੀਂ ਸਰ 15 5 15 5 10 15 10 ਯਾਰ ਆ ਇਥੀਓਪੀਆ ਮੈਂ ਯਾਰ ਇਹ ਨਾ ਕਰੋ ਯਾਰ 15 10 ਅਗਲਾ ਸਵਾਲ ਹਾਂਜੀ ਕਿਹੜੇ ਬਰਡ ਦੀ ਅੱਖ ਸਭ ਤੋਂ ਵੱਡੀ ਹੁੰਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਕਿ ਆਪਸ਼ਨ ਦੋ ਨਾ ਬਸ ਦੱਬਿਆ ਹਾਂਜੀ ਆਪਸ਼ਨਸ ਵੀ ਹੈਗੇ ਨੇ ਈਗਲ ਆਸਟ੍ਰਿਚ ਜਾਂ ਪੀਕੌਕ ਇਹ ਤਾਂ ਨਹੀਂ ਹੋ ਸੀ ਮੈਂ ਸੋਚ ਰਿਹਾ ਸਰ ਨਹੀਂ ਹਾਂ ਪਹਿਲਾਂ ਉਹਨਾਂ ਦਾ ਆਊਗਾ ਮੈਂ ਧਿਆਨ ਭਟਕਾ ਰਿਹਾ ਯਾਰ ਇੱਕ ਟਾਈਮ ਦੋ ਇੰਨਾ ਥੋੜੀ ਇਦਾਂ ਥੋੜੀ 30 ਸੈਕਿੰਡ ਤਾਂ ਹੋ ਜਾਂਦਾ ਸਰ ਟਿਕ ਟਿਕ 1 ਟਿਕ ਟਿਕ 2 ਪਿਜ਼ਨ ਦੀ ਹੁਣ ਨਹੀਂ ਇਹ ਛੇਤੀ ਦੇਣਾ ਪੈਣਾ ਤੁਹਾਨੂੰ ਜਵਾਬ ਵਿੱਚ ਟਾਈਮ ਦਿਓ ਨਹੀਂ ਹੈਗੀ ਟਿਕ ਟਿਕ 5 ਬਟ ਛੇਤੀ ਕਰਨਾ ਪੈਣਾ ਨਹੀਂ ਮੈਂ ਜਿਤਾਉਣਾ ਚਾਹਣਾ ਉਹਨਾਂ ਨੂੰ ਇਦਾਂ ਦੀ ਬਰਾਬਰ ਹਜੇ ਫੇਰ ਮਜ਼ਾ ਆਊਗਾ ਨਾ ਬਰਾਬਰ ਦੱਸੋ ਚੀਟਿੰਗ ਨਹੀਂ ਕਰਦੇ ਆਪਸ਼ਨਸ ਬਾਰੇ ਦੱਸੋ ਤੁਸੀਂ ਦੱਬੇ ਹੁਣ ਨਹੀਂ ਪਹਿਲਾਂ ਤੁਹਾਡਾ ਜਵਾਬ ਗਿਣਿਆ ਜਾ ਈਗਲ ਆਸਟ੍ਰਿਚ ਤੇ ਤੁਸੀਂ ਹਲੇ ਨਾ ਬੋਲਿਓ ਹਾਂ ਮੈਂ ਬੋਲ ਨਹੀਂ ਰਿਹਾ ਈਗਲ ਆਸਟ੍ਰਿਚ ਕਿ ਪਿਕੋ ਈਗਲ ਗਲਤ ਜਵਾਬ ਆਸਟ੍ਰਿਚ ਸਹੀ ਜਵਾਬ ਉਹਦਾ ਐਗ ਵੀ ਵੱਡਾ ਹੁੰਦਾ ਸਭ ਯੈਸ ਸਰ ਮੈਂ ਜਿਤਾਇਆ ਮੈਂ ਉਹਦੀ ਅੱਖ ਉਹਦੇ ਦਿਮਾਗ ਤੋਂ ਵੀ ਵੱਡੀ ਹੁੰਦੀ ਇਹ ਤਾਂ ਨੈਚੁਰਲ ਪਤਾ ਵੱਡਾ ਪੰਛੀ ਵੱਡੀ ਅੱਖ ਹੋਣੀ ਵੀ ਨਹੀਂ ਮੈਂ ਜਾਣ ਕੇ ਤੁਹਾਨੂੰ ਬਰਾਬਰ ਕੀ ਮੰਗ ਰਿਹਾ ਯਾਰ ਭਾਈਚਾਰਾ ਵੀਰੇ ਹੁਣ ਤੁਸੀਂ ਮੈਨੂੰ 5 ਦੇਣੇ ਆ ਪੁਆਇੰਟ ਆਧਾਰੇ ਤੁਹਾਡੇ ਕੰਨੀ ਇਹ 5 ਨਾ 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 ਨਾਟ ਗੋਣਾ ਹੈਪਨ ਸਰ ਇਹ ਤਾਂ ਪਤੀ ਵੱਡਾ ਪੰਛੀ ਵੱਡੀ ਅੱਖ ਲੈ ਲੈ ਕੀ ਗੱਲ ਹੈ ਕੀ ਪਤਾ ਪੀਕੌਕ ਤੋਂ ਸੱਚੀ ਜਾਂਦੇ ਹੁਣ ਤੁਸੀਂ ਉਹ ਵੀ ਵੱਡਾ ਆਓ ਚਲੋ ਹੁਣ ਬਰਾਬਰ ਆ ਜੀ ਹੁਣ ਮਜ਼ਾ ਆਉਂਦਾ 5 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਵੈਰੀ ਗੁੱਡ ਵਾਹ ਤੇ ਹੁਣ ਇਸ ਰਾਉਂਡ ਦਾ ਲਾਸਟ ਸਵਾਲ ਜੀ ਵਾਹ ਟਾਈ ਬ੍ਰੇਕਰ ਇਹ ਐਕਚੁਅਲ ਚ ਸਕਰੀਨ ਤੇ ਹੋਏਗਾ ਅੱਛਾ ਇੱਥੇ ਤੁਹਾਨੂੰ ਇੱਕ ਡਿਸ਼ ਦੀ ਫੋਟੋ ਦਿਖਾਈ ਜਾਊਗੀ ਜੀ ਡਿਸ਼ ਗੈਸ ਕਰਨੀ ਨਹੀਂ ਉਹ ਡਿਸ਼ ਦੇ ਵਿੱਚ 5 ਇਨਗਰੀਡੀਐਂਟ ਦੱਸਣੇ ਨੇ ਜਿਹੜੇ ਪੈਂਦੇ ਆ ਸੇਮ ਰੂਲਸ ਨੇ ਡਨ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਸਿਰਫ ਇੱਕ ਹੀ ਜਣਾ ਜਵਾਬ ਦੇ ਸਕਦਾ ਤੇ ਉਹ ਡਿਸ਼ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਕਿ ਬਜ਼ਰ ਦੱਬਿਆ ਇਹਨਾਂ ਨੂੰ ਹਟਾਓ ਯਾਰ ਮੇਰਾ ਤਾਂ ਯਾਰ ਮੇਰੇ ਮੈਂ ਦੱਬਿਆ ਪਹਿਲਾਂ ਹੁਣ ਸਪਰਿੰਗ ਰੋਲ ਚਾਹੀਦਾ ਕਹਿੰਦੇ ਸਪਰਿੰਗ ਪੈਂਦੇ ਆ ਇਹ ਜੀ ਤੁਸੀਂ ਬਜ਼ਰ ਪ੍ਰੈਸ ਕੀਤਾ ਸੀ ਸਭ ਤੋਂ ਪਹਿਲਾਂ ਦੇਖੋ ਨਮਕ ਪੈਂਦਾ ਜੀ ਮਿਰਚਾਂ ਪੈਂਦੀਆਂ ਜੀ ਕਾਲੀ ਮਿਰਚ ਪੈਂਦੀ ਹੈ ਜੀ ਤੇ ਅਨੀਅਨ ਪੈਂਦੇ ਆ ਜੀ ਤੇ ਥੋੜ੍ਹਾ ਜਿਹਾ ਪਾਣੀ ਵੀ ਪੈਂਦਾ ਹੋਣਾ ਜੀ ਪਾਣੀ ਕਿੱਥੋਂ ਪੈਂਦਾ ਵੀਰੇ ਪੈਂਦਾ ਹੋ ਸਕਦਾ ਜੀ ਲੈ ਅਨੀਅਨ ਯਾਰ ਬੇ ਪਲੀਜ਼ ਯਾਰ ਆਪ ਚੀਟਿੰਗ ਹੋ ਰਹੀ ਹੈ ਪਿੱਛੋਂ ਨੋ ਚੀਟਿੰਗ ਗਰਮ ਮਸਾਲਾ ਨਹੀਂ ਜੀ ਗਰਮ ਮਸਾਲਾ ਪੈਂਦਾ ਸਪਰਿੰਗ ਮੈਂ ਰੋਲ 100% ਵੀਰੇ ਪੈਂਦਾ ਗਰਮ ਮਸਾਲਾ ਮੈਂ ਸ਼ੈਫ ਹਾਂ ਸਰ ਮੇਰੇ ਨਾਲ ਸ਼ਰਤ ਲਾ ਲਓ ਜੇ ਕੋਈ ਗਰਮ ਮਸਾਲਾ ਸੇਂਦਾ ਨਮਕ ਨਾ ਨਾ ਵੀਰੇ ਮੇਰੇ ਵਾਲਾ ਪਾਉਂਦਾ ਸ਼ੈਫ ਮੇਰੇ ਸ਼ੈਫ ਪਾਉਂਦਾ ਮੈਨੂੰ ਪਾ ਕੇ ਦਿੰਦਾ ਸੇਂਦਾ ਨਮਕ ਚੀਟਿੰਗ ਹੋ ਗਈ ਚੀਟਿੰਗ ਹੋ ਗਈ ਚੀਟਿੰਗ ਹੋ ਗਈ ਵੀਰੇ ਮੇਰੇ ਵਾਲਾ ਪਾਉਂਦਾ ਜੀ ਉਹ ਮੈਂ ਇੱਕ ਗੱਲ ਕਰਾਂ ਨਾ ਸ਼ੈਫ ਨਾਲ
चार पॉइंट मिलने चार मिलने चार एक पॉइंट कट लो नौ उन्नी हो गए रूल थोड़ी नौ सर जानी जिस हिसाब का माहौल बनया हुआ है माहौल बना है ना मेरे मैं तो पीने नहीं मैं बाद पी लूंगा कोई नहीं मैं सुनी भी जाना बीवी जाना जेड़ा होन राउंड है एदा नाम है बोनस राउंड बोनस ओके अच्छा जी एदेश तो एक टास्क करना पड़ेगा ते ओ टास्क कंप्लीट करन ते तोनु सीधा 30 पॉइंट्स मिलनगे ए ना कह तो गरम गरम एको साढ़े पी जा अरे नहीं नहीं नुकसान नहीं करवाना सी किसी ना भी वे ठीक है जी मेरे ओदे लिए तोड़े फोन्स चाहिए ने तोड़े कोल ਤੁਹਾਡੇ ਕੋਲ ਹੈਗੇ ਨੇ ਬਿਲਕੁਲ ਫੋਨ ਤੋਂ ਬਿਨਾ ਕੋਈ ਜ਼ਿੰਦਗੀ ਹਾਂ ਮੇਰਾ ਗੁੰਮ ਗਿਆ ਮੈਨੂੰ ਆਪਣਾ ਦੇ ਦਿਓ ਪਲੀਜ਼ ਹੈਗਾ ਜੀ ਹਲੋ ਸਾਡੇ ਕੋਲ ਚਾਹੀਦੇ ਹਾਂਜੀ ਤੁਹਾਡੇ ਕੋਲ ਹੀ ਚਾਹੀਦੇ ਨੇ ਹੁਣ ਟਾਸਕ ਸੁਣ ਲਓ ਪਹਿਲਾਂ ਸਭ ਤੋਂ ਪਹਿਲਾਂ ਕੀ ਹੈ ਫੋਨ ਤੁਹਾਡੇ ਨੀਚੇ ਹੁਣ ਕੋਈ ਤੁਸੀਂ ਗੱਲਬਾਤ ਨਹੀਂ ਕਰਨੀ ਯੁਵਰਾਜ ਜੀ ਤੁਸੀਂ ਸੌਰੀ ਸਰ ਮੈਂ ਮਿਸ ਕਾਲਾਂ ਦੇਖਣ ਲੱਗ ਪਿਆ ਸੀ ਹਾਂਜੀ ਟਾਸਕ ਇਹ ਹੈ ਤੁਸੀਂ ਕਿਸੇ ਨੂੰ ਵੀ ਕਾਲ ਕਰਕੇ ਉਹਨਾਂ ਦੇ ਮੂੰਹੋਂ ਟਾਈਮ ਟਾਈਮ ਦੀ ਗੱਲ ਬੁਲਵਾਉਣਾ ਹੈ ਤੇ ਜਿਹੜਾ ਸਭ ਤੋਂ ਪਹਿਲਾਂ ਟਾਈਮ ਟਾਈਮ ਦੀ ਗੱਲ ਬੁਲਵਾ ਲੇਗਾ ਉਹਨੂੰ ਪੁਆਇੰਟਸ ਮਿਲਣਗੇ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਨਾਓ ਪ੍ਰੇਮ ਬਾਕੀ ਗੱਲਾਂ ਬਾਅਦ ਚੋਂ ਪਹਿਲਾਂ ਕਿਹਾ ਟਾਈਮ ਟਾਈਮ ਦੀ ਗੱਲ ਹੈਲੋ ਮੈਂ ਜਿੱਤ ਗਿਆ ਕਿਆ ਬਾਤ ਹੈ ਫੋਨ ਤੇ ਨਾਲ ਹੀ ਪਹਿਲੀ ਲਿੰਕ ਤੇ ਐਸੇ ਦੇ ਨਾਲ ਹੀ ਉਹ ਚੰਗਾ ਹੋਇਆ ਤੇ ਸਹੀ ਟਾਈਮ ਤੇ ਫੋਨ ਕਰ ਲਿਆ ਤੈਨੂੰ ਮੈਂ ਜਿੱਤ ਗਿਆ ਯਾਰ ਮੈਂ 30 ਪੁਆਇੰਟਸ ਮਿਲ ਗਏ ਮੈਨੂੰ ਅਸੀਂ ਉੱਥੇ ਪਿਟਾ ਮੈਂ ਉਹ ਮੇਰੇ ਨਾਲ ਉੱਥੇ ਬੈਠੇ ਨੇ ਪਾਕਿਸਤਾਨ ਬੈਠੇ ਨੇ ਨੈਟਵਰਕ ਦੀ ਪ੍ਰੋਬਲਮ ਐਕਚੁਅਲੀ ਤੇਰੀ ਮਿਸ ਕਾਲ ਆਈ ਹੋਈ ਸੀ ਉੱਪਰ ਸਭ ਤੋਂ ਪਹਿਲਾਂ ਤੈਨੂੰ ਮਿਲ ਗਿਆ ਟਾਈਮ ਲੇਟ ਚੱਕਿਆ ਕੋਈ ਜ਼ਰੂਰੀ ਗੱਲ ਤਾਂ ਨਹੀਂ ਮੈਂ ਸ਼ੋਰ ਚਾਂ ਹਾਂਜੀ ਮਾਮਾ ਜੀ ਦੱਸੋ ਦੱਸੋ ਤੇਰੀ ਪੈਨ ਦੱਸੋ ਹਾਂਜੀ ਮਾਮਾ ਜੀ ਮੈਂ ਰੁੱਕ ਕੇ ਕਰਦਾ ਜੀ ਓਕੇ ਹਾਂਜੀ ਹਾਂਜੀ ਇਹ ਲੰਬੀ ਚਲੀ ਗੱਲ ਪੁਆਇੰਟ ਨਹੀਂ ਤਾਂ ਕੱਲ ਹੋਣਾ ਸਲਮਾਨ ਨੇ ਪੁਆਇੰਟ ਕੈਨਸਲ ਹੋ ਗਏ ਨਹੀਂ ਤਾਂ ਕੈਨਸਲ ਹੋ ਗਏ ਜੀ ਚੱਲ ਨਹੀਂ ਇਹਨੇ ਲੰਬੀ ਗੱਲ ਥੋੜੀ ਕਰ ਦਿਆ ਕੈਨਸਲ ਓਏ ਕੈਨਸਲ ਕਰਨ ਲੱਗੇ ਬਾਏ 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 ਕੈਨਸਲ ਹੋ ਗਏ ਕੈਨਸਲ ਹੋ ਗਏ ਚਲੋ ਠੀਕ ਹੈ ਇਸੇ ਦੇ ਨਾਲ ਹੀ ਇਹਨਾਂ ਦੇ ਜਿਹੜੇ ਪੁਆਇੰਟਸ ਨੇ ਉਹ 30 ਹੋਰ ਮਿਲ ਜਾਂਦੇ ਨੇ ਵੈਰੀ ਗੁੱਡ 50 ਪੁਆਇੰਟਾਂ ਨਾਲ ਮੈਨੂੰ ਹੁਣ ਪੂਰਾ ਪੌਣਾ ਘੰਟਾ ਚਾਹੀਦਾ ਸੈਡ ਹੋ ਗਿਆ ਮੈਂ ਤੇ ਹੁਣ ਹੈ ਪਾਲੀਵੁੱਡ ਰਾਊਂਡ ਇਹ ਰਾਊਂਡ ਚ ਕੀ ਹੈ ਜਿਹੜਾ ਵੀ ਸਹੀ ਜਵਾਬ ਤੁਸੀਂ ਦਿਓਗੇ ਉਹਦੇ ਤੁਹਾਨੂੰ ਸਿੱਧਾ 10 ਪੁਆਇੰਟਸ ਮਿਲਣਗੇ ਠੀਕ ਹੈ ਜੀ ਹੁਣ 50 ਮੇਰੇ ਹੈਗੇ ਆ ਕਾਊਂਟਰ ਰੱਖਿਓ 20 50 ਅੱਗੇ 10 ਦੇ ਬੋਨਸ ਜੋ ਵੀ ਆ ਮੇਰੇ 25 20 ਨੇ ਬਸ ਸਰ ਤੁਹਾਡੇ ਮੈਂ ਇੱਕ ਵਾਰੀ ਤੁਹਾਨੂੰ ਪੁਆਇੰਟਸ ਦੱਸ ਦਿੰਨੀ ਆ ਤੇ ਹੁਣ ਜਿਹੜੇ ਪੁਆਇੰਟਸ ਨੇ ਉਹ ਕੁਝ ਇਸ ਤਰ੍ਹਾਂ ਨੇ ਐਂ ਜੀ ਤੁਸੀਂ ਉਹ 15 ਪੁਆਇੰਟਸ ਤੇ ਯੁਵਰਾਜ ਜੀ ਤੁਸੀਂ ਲੀਡ ਕਰ ਰਹੇ ਹੋ ਵਿਦ 45 ਪੁਆਇੰਟਸ ਮੈਂ ਸਿਆਣਾ 2 ਘੰਟੇ ਚਾਹੀਦੇ ਆ ਸਿਟੀ ਤੋਂ ਬਾਅਦ ਮੈਨੂੰ 2 ਘੰਟੇ ਚਾਹੀਦੇ ਆ ਹਾਂਜੀ ਤੇ ਤੁਹਾਨੂੰ ਮਿਲਦੇ ਨੇ 10 ਪੁਆਇੰਟਸ ਬਿਨਾਂ ਆਪਸ਼ਨ ਦੇ ਸਿੱਧਾ ਸਿੱਧਾ ਜਵਾਬ ਦੇ ਕੇ ਮੈਂ ਹਜੇ ਵੀ ਖੁਸ਼ ਨਹੀਂ ਹਾਂ ਹਜੇ ਵੀ ਉਹਨੂੰ 15 ਮਿੰਟ ਚਾਹੀਦੇ ਆ ਅੱਛੀ ਹੋਏ ਆ ਹਜੇ ਵੀ 10 ਪੁਆਇੰਟ ਪਿੱਛੇ ਹੋ ਤੁਸੀਂ ਸਰ ਦੇਖਿਓ ਹੁਣ ਸਾਰੇ ਇੱਥੇ ਤੁਸੀਂ ਜਿੱਤਣਾ ਮੈਨੂੰ ਪਤਾ ਆ ਨਹੀਂ ਤੁਸੀਂ ਜਿੱਤਣਾ ਇਸ ਨਹੀਂ ਤੁਹਾਨੂੰ ਜ਼ਿਆਦਾ ਪਤਾ ਇਹਦੇ ਬਾਰੇ ਚਲੋ ਅਗਲਾ ਸਵਾਲ ਆਉਂਦੀ ਹੈ ਫਿਰ ਬਿਲਕੁਲ ਆਓ
ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਹੁਣ ਤੱਕ ਇਕੱਠੇ ਕਿੰਨੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਨੇ? ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਜ਼ਰ ਦੱਬਿਆ ਤੇ ਆਪਸ਼ਨਸ ਨੇ 10 ਮੂਵੀਜ਼, 4 ਮੂਵੀਜ਼ ਜਾਂ 5 ਮੂਵੀਜ਼। ਲਾਹੌਰੀਏ 10 ਸੈਕਿੰਡ ਰਹਿ ਗਏ ਯਾਰ, ਇਦਾਂ ਥੋੜੀ ਆ ਬੋਲੋ ਨਾ ਵਿੱਚ ਇਦਾਂ ਠੀਕ ਨਹੀਂ। ਪੰਜਾਬ ਵਾਲੀ ਕਿਹੜੀ ਸੀ ਉਹ ਜਿਹੜੀ ਪਿੰਡ ਵਾਲੀ ਸੀ? ਅੰਗਰੇਜ਼ ਲਾਹੌਰੀਏ 5 ਟੋਟਲ ਨਹੀਂ ਨਹੀਂ ਗਲਤ ਜਵਾਬ। ਹਾਂਜੀ 3 ਮੂਵੀਜ਼। ਤੇਰਾ ਬੇੜਾ ਗਲਤ ਜਵਾਬ। ਹੁਣ ਆਪਸ਼ਨ ਦੱਸੋ ਅਜੇ ਪਿਆ। 4 ਹੈ ਅੰਗਰੇਜ਼ ਲਾਹੌਰੀਏ, ਲਵ ਪੰਜਾਬ ਤੇ ਛੱਲਾ ਮੁੜ ਕੇ ਨਹੀਂ ਆਏ। 35 ਕਿੰਨੇ ਹੋ ਗਏ ਹੁਣ? 25-35 ਉਹੀ ਆ, ਸੇਮ ਹੀ ਡਾਂਸ ਆ, ਸੇਮ ਹੀ ਨੇ। ਹਾਂਜੀ ਅਗਲਾ ਸਵਾਲ ਜੀ, ਗੁਰੂ ਰੰਧਾਵਾ ਦਾ ਸੌਂਗ ਹਾਈ ਰੇਟਡ ਗੱਭਰੂ ਕਿਹੜੀ ਮੂਵੀ 'ਚ ਅਡਾਪਟ ਕੀਤਾ ਗਿਆ ਹੈ? ਤੇ ਤੁਹਾਡੇ ਆਪਸ਼ਨਸ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਬਜ਼ਰ ਦੱਬਿਆ, ਹਿੰਦੀ ਮੀਡੀਅਮ, ਨਵਾਬਜ਼ਾਦੇ ਜਾਂ ਤੂੰ ਝੂਠਾ ਮੈਂ ਮੱਕਾਰ। ਹਿੰਦੀ ਮੀਡੀਅਮ, ਨਵਾਬਜ਼ਾਦੇ ਜਾਂ ਤੂੰ ਝੂਠਾ ਮੈਂ ਮੱਕਾਰ। ਹਾਂਜੀ ਹਿੰਦੀ ਮੀਡੀਅਮ। ਗਲਤ ਜਵਾਬ। ਹਾਂਜੀ ਥਰਡ ਵਾਲਾ ਕਿਹੜਾ ਸੀ? ਤੂੰ ਝੂਠਾ ਉਹ ਪਰ ਇਹ ਪੁਆਇੰਟ ਥੋੜੀ ਨਾ, ਮੈਂ ਮੱਕਾਰ ਇਹ ਪੁਆਇੰਟ ਇਹ ਵਾਲਾ, ਹਾਂ ਇਹ ਪੁਆਇੰਟ ਥੋੜੀ। ਗਲਤ ਜਵਾਬ। ਲੈ ਲਾ ਲੈ ਹਾਏ, ਨਹੀਂ ਬਾਲੀਵੁੱਡ ਦਾ ਸਵਾਲ ਥੋੜੀ, ਬਾਲੀਵੁੱਡ ਦਾ ਸਵਾਲ ਆ ਜੀ ਇਹ। ਨਹੀਂ ਆਪਣਾ ਗੁਰੂ ਤਾਂ ਬਾਲੀਵੁੱਡ ਨਹੀਂ ਯਾਰ, ਇਹਨਾਂ ਨੇ ਕਿਹਾ ਬੰਦਾ ਤੇ ਬਾਲੀਵੁੱਡ ਦਾ ਮੂਵੀ ਤਾਂ ਬਾਲੀਵੁੱਡ ਦੀ ਹੈ ਨਾ, ਇਹ ਤੁਸੀਂ ਗਲਤ ਹੋ, ਤੁਹਾਡੇ -5 ਡਨ ਹੋ ਗਿਆ। ਅਜੇ ਫਿਰ ਇਹ -10 ਸਟਿਲ 25-35 ਤੇ। ਹਾਂ ਨਵਾਬਜ਼ਾਦੇ ਮੂਵੀ ਸੀ। ਓ ਨਵਾਬਜ਼ਾਦੇ ਕੌਣ? ਵਰੁਣ ਧਵਨ ਤੇ ਸ਼ਰਧਾ ਕਪੂਰ। ਓਕੇ ਓਕੇ ਚਲੋ, ਇਹ ਵੀ ਨਹੀਂ ਦੇਖਿਆ, ਇਹ ਪੁਆਇੰਟਸ ਵੀ ਕਿਸੇ ਨੂੰ ਨਹੀਂ ਮਿਲਣਗੇ। ਅਗਲਾ ਸਵਾਲ, ਇਹਨਾਂ ਵਿੱਚੋਂ ਕਿਹੜੇ ਪੰਜਾਬੀ ਆਰਟਿਸਟ ਨੂੰ ਰੀਸੈਂਟਲੀ ਫਿਲਮਫੇਅਰ OTT ਅਵਾਰਡ ਮਿਲਿਆ? ਤੁਹਾਡੇ ਆਪਸ਼ਨਸ ਨੇ, ਕਿਸੇ ਨੇ ਵੀ ਜਿਵੇਂ ਕਿ ਹਾਲੇ ਤੱਕ ਨਜ਼ਰ ਨਹੀਂ ਦੱਬਿਆ, ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬੋ। ਸਵਾਲ ਨਹੀਂ ਪੂਰਾ ਹੋਇਆ, ਪਹਿਲੀ ਦੱਬ ਦਿੰਦੇ ਹੋ, ਬਾਅਦ ਤੋਂ ਬਾਅਦ ਦੱਬ ਸਕਦੇ ਹਾਂ ਬਜ਼ਰ। ਆਪਸ਼ਨਸ ਓਕੇ, ਪੂਰਾ ਨਹੀਂ ਹੋਇਆ ਅਜੇ, ਕਹਿੰਦੇ ਆਪਸ਼ਨ ਨਹੀਂ ਨਹੀਂ ਆਪਸ਼ਨਸ। ਹਾਂ ਓਕੇ, ਆਪਸ਼ਨਸ ਤੋਂ ਪਹਿਲਾਂ ਦੱਬ ਸਕਦੇ ਹਾਂ। ਦਿਮਾਗ ਨਾ ਸੁਣੋ ਯਾਰ, ਪਲੀਜ਼ ਯਾਰ, ਵੀਰੇ ਯਾਰ ਤੇ ਬੋਲਦੇ ਕਿਦਾਂ ਯਾਰ ਤੁਸੀਂ? ਪਲੀਜ਼ ਕੰਸਟ੍ਰੇਟ ਯਾਰ, ਯਾਰ ਵੀਰੇ ਯਾਰ, ਇਦਾਂ ਥੋੜੀ ਹੁੰਦਾ ਯਾਰ, ਦੱਸੋ। ਪਲੀਜ਼ ਯਾਰ ਬਦਤਮੀਜ਼ੀ ਨਹੀਂ ਕਰਨੀ ਮੈਨੂੰ ਵੀਰੇ, ਮੈਂ ਚੱਲਿਆ ਯਾਰ, ਸਾਡਾ ਚੱਲਦਾ ਰਹਿੰਦਾ, ਪਲੀਜ਼ ਕੋਈ ਮਾਈਂਡ ਨਾ ਕਰੋ, ਇਹ ਭਰਾਵਾਂ ਦਾ, ਇਹ ਬ੍ਰੋਮੈਂਸ ਆ ਸਕਦਾ। ਯੈਸ ਯੈਸ ਯੈਸ, ਇਹ ਚਾਹੀਦਾ ਨਹੀਂ ਆ। ਸਵਾਲ ਸੀ, ਇਹਨਾਂ ਵਿੱਚੋਂ ਕਿਹੜੇ ਪੰਜਾਬੀ ਆਰਟਿਸਟ ਨੂੰ ਰੀਸੈਂਟਲੀ ਫਿਲਮਫੇਅਰ OTT ਅਵਾਰਡ ਮਿਲਿਆ? ਸਹੀ ਜਵਾਬ, ਵੈਰੀ ਗੁੱਡ, ਤੇ 10 ਪੁਆਇੰਟਸ। ਮੈਨੂੰ ਵੀ ਪਤਾ ਸੀ। ਐਂਡ ਸਾਇਲੈਂਸ 45-25 ਤੁਸੀਂ ਉਸ ਅਲਫਾਬੈਟ ਤੋਂ ਸ਼ੁਰੂ ਹੋਣ ਵਾਲੀਆਂ 5 ਪੰਜਾਬੀ ਫਿਲਮਾਂ ਦੇ ਨਾਮ ਦੱਸਣੇ। ਓਕੇ ਠੀਕ ਹੈ ਜੀ, ਸੇਮ ਰੂਲਸ ਨੇ, 30 ਸੈਕਿੰਡ ਦਾ ਟਾਈਮ ਹੋਊਗਾ। ਇਹ ਬੋਨਸ ਰਾਉਂਡ ਤਾਂ ਨਹੀਂ ਆਪਣਾ? ਨਹੀਂ ਨਹੀਂ, 10 ਪੁਆਇੰਟਸ ਵਾਲਾ ਹੀ ਹੈ ਜੀ, ਤੇ ਉਹ ਅਲਫਾਬੈਟ ਹੈ। ਹਾਂਜੀ ਇੱਕ ਮਿੰਟ, ਸਭ ਤੋਂ ਪਹਿਲਾਂ ਅਹਿਮ ਜੀ ਨੇ, ਸਭ ਤੋਂ ਪਹਿਲਾਂ ਅਹਿਮ ਜੀ ਨੇ ਬਜ਼ਰ ਪ੍ਰੈਸ ਕੀਤਾ। ਪੰਜਾਬੀ ਮੂਵੀ ਕਿ ਹਿੰਦੀ ਮੂਵੀ? ਪੰਜਾਬੀ ਪੰਜਾਬੀ ਯਾਰ, ਪਹਿਲਾਂ ਸੁਣਿਆ ਸੀ? ਨਹੀਂ ਸਰ, ਪੰਜਾਬੀ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਨਾਓ। ਕਮੀਨੇ ਕਮੀਨੇ 2 ਲਿਬਰ, ਕਮੀਨੇ 2 ਵੀ ਹੈਗੀ ਹੈ, ਦੱਸ ਹੈਗੀ ਕਿਉਂ ਨਹੀਂ? ਕਿਸਮਤ ਨਹੀਂ, ਉਹ ਕਿਉਂ ਤੋਂ ਆ? ਹਾਂ ਕਰਨ ਅਰਜੁਨ, ਹਾਂ ਹਾਂਜੀ, ਦੋ ਹੋਈਆਂ, ਤਿੰਨ ਹੋ ਗਈਆਂ। ਕਮੀਨੇ 2 ਯਾਰ, ਕਮੀਨੇ 2 ਹੈ ਹੀ ਨਹੀਂ ਕੋਈ ਕੁੱਤੇ। ਹਾਂ ਠੀਕ ਹੈ, ਕੋਰਾ ਕਾਗਜ਼ 4 ਹੋਈਆਂ, ਇੱਕ ਕੋਰਾ ਕਾਗਜ਼ ਠੀਕ ਹੈ, ਕਾਲਾ ਪੱਥਰ ਠੀਕ ਹੈ, ਓਕੇ ਠੀਕ ਹੈ, ਵੈਰੀ ਗੁੱਡ, ਤੇ ਇਸੇ ਦੇ ਨਾਲ ਹੀ ਸਾਰੀਆਂ ਆਲਮੋਸਟ 45-35 ਹਾਂ ਮੂਵੀਜ਼ ਦੇ ਨਾਮ ਦੱਸ ਕੇ ਵੈਰੀ ਗੁੱਡ 10 ਪੁਆਇੰਟਸ ਲੈ ਕੇ ਜਾ ਚੁੱਕੇ ਨੇ। ਮੈਂ ਦੇਖ ਲਿਆ ਵਿਸ਼ਲੀ ਟੀਮ ਤੁਹਾਡੇ ਨਾਲ ਹੀ। ਨਹੀਂ ਸਰ, ਤੁਸੀਂ ਡਿਸਟਰਬ ਕਰਦੇ ਸੋ ਯਾਰ, ਆਪ ਜਿਹੜੇ ਬੈਠੇ ਹੋ ਤੁਹਾਡੇ ਵੱਲ ਕਨਸੈਂਟ੍ਰੇਸ਼ਨ ਖਰਾਬ ਹੋ ਗਈ ਮੇਰੇ ਵੱਲ। ਕੋਈ ਨਹੀਂ ਭਾਜੀ, ਤੁਸੀਂ ਮੇਰੇ ਵੱਲ ਹੋ ਜਾਓ ਯਾਰ, ਕੋਈ ਤਾਂ ਹੋ ਮੇਰੇ ਵੱਲ ਯਾਰ, ਤੂੰ ਮੇਰੇ ਸਾਹਮਣੇ ਵਾਲੇ ਭਰਾ, ਤੂੰ ਹੋ ਜਾਂਦਾ ਇਧਰ ਤਾਂ ਪਰਚੀਆਂ ਮਿਲਦੀਆਂ ਸਪੇਸ। ਡਨ ਹੋ ਗਿਆ ਸਰ, ਹੁਣ ਬਰਾਬਰ ਕਨੈਕਸ਼ਨ ਕੱਟ ਰਹੀ ਆ ਮੈਂ ਪੂਰਾ।
ਅਗਲਾ ਸਵਾਲ ਹਾਂਜੀ ਤੁਹਾਡਾ ਏਰੀਆ ਇਹਨਾਂ ਚੋਂ ਕਿਹੜੀ ਮੂਵੀ ਸ਼ਰਨ ਆਰਟ ਵੱਲੋਂ ਡਾਇਰੈਕਟ ਕੀਤੀ ਗਈ ਹੈ ਕਿਹਨੇ ਬਜਾਇਆ ਪਹਿਲਾਂ ਹਾਂਜੀ ਅਹਿਨ ਜੀ ਤੁਸੀਂ ਪਹਿਲਾਂ ਬਜ਼ਰ ਪ੍ਰੈਸ ਕੀਤਾ ਦੱਸਦਾ ਮੈਂ ਫਿਰ ਸਰ ਬਿਲਕੁਲ ਸਰ ਉਹ ਤਾਂ ਦੱਸਣਾ ਹੀ ਆ ਤੁਹਾਨੂੰ ਪਤਾ ਨਹੀਂ ਨਾ ਮੈਨੂੰ ਤਾਂ ਪਤਾ ਹੈ ਮੈਂ ਦੱਸ ਦੇਣਾ ਮਸਤਾਨੀ ਜੀ ਬਿਲਕੁਲ ਸਹੀ ਜਵਾਬ ਤੇ ਇਸੇ ਦੇ ਨਾਲ ਹੀ 10 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਚੀਅਰਸ ਬ੍ਰਦਰ ਚੀਅਰਸ ਸਰ ਹੁਣ ਬਰਾਬਰ ਜੀ ਬਰਾਬਰ ਆ ਗਏ ਤੁਸੀਂ ਆ 10 ਪੁਆਇੰਟ ਪਿੱਛੇ ਹੋ ਜੇ ਅੱਛਾ 10 ਹਾਂ ਨਾ 10 ਪੁਆਇੰਟ ਹਾਂਜੀ ਕੋਈ ਹਲੇ ਫਰਕ ਹੈ 45-35 ਹਾਂਜੀ ਤੇ ਹੁਣ ਅਗਲਾ ਲਾਸਟ ਸੈਕਿੰਡ ਸਵਾਲ ਇਸ ਰਾਉਂਡ ਦਾ ਇਹਨਾਂ ਵਿੱਚੋਂ ਕਿਹੜੀ ਮੂਵੀ ਦੇ ਵਿੱਚ ਸੋਨਮ ਬਾਜਵਾ ਦੇ ਆਪੋਜ਼ਿਟ ਮੇਲ ਆਰਟਿਸਟ ਅਜੇ ਸਰਕਾਰੀਆ ਸੀ ਹਾਂਜੀ ਸਭ ਤੋਂ ਪਹਿਲਾਂ ਬਜ਼ਰ ਕਿਨੇ ਮੈਂ ਤੁਸੀਂ ਥੋੜਾ ਦੱਬਾ ਹਾਂ ਹਾਂ ਤੁਸੀਂ ਦੱਬਿਆ ਸਰ ਮੈਂ ਤਾਂ ਦੱਬਿਆ ਵੀ ਨਹੀਂ ਮੈਨੂੰ ਪਤਾ ਵੀ ਨਹੀਂ ਮੈਨੂੰ ਪਤਾ ਹੀ ਨਹੀਂ ਮੈਨੂੰ ਵੀ ਨਹੀਂ ਪਤਾ ਮੈਂ ਆਪਸ਼ਨ ਦੇਖ ਕੇ ਯਾਦ ਆ ਗਈ ਹਾਂਜੀ ਤੇ ਤੁਹਾਡੇ ਆਪਸ਼ਨਸ ਨੇ ਸਿੰਘਮ ਜਿੰਦਮਾਹੀ ਜਾਂ ਕੋਕਾ ਜਿੰਦਮਾਹੀ ਬਿਲਕੁਲ ਸਹੀ ਜਵਾਬ 10 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਕਾਫੀ ਖੋਲ ਲਿਆਓ ਪਲੀਜ਼ ਸਾਫ ਦੀ ਕਾਫੀ ਲੈ ਜਾਓ ਸਰ ਮੇਰੀ ਲੈ ਲਓ ਸਰ ਜਸਟ ਕਿਡਿੰਗ ਕਾਫੀ ਤੇ ਹੁਣ ਇਸ ਰਾਉਂਡ ਦਾ ਲਾਸਟ ਸਵਾਲ ਕਿੰਨੇ 45-45 ਹੋ ਗਏ ਬਰਾਬਰ ਹੋ ਗਏ ਵੀਰ ਬਰਾਬਰ ਹੀ ਰਹਿਣਾ ਆਪਾਂ ਦੋ ਨਾਲ ਲਿਖਾਉਣੇ ਉੱਥੇ ਯੁਵਰਾਜ ਤੇ ਐਨ ਬਸ ਯਾਰ ਡਨ ਹੋ ਗਿਆ ਇਹ ਨਹੀਂ ਹੋ ਸਕਦਾ ਮੈਂ ਜਿੱਤਾਂਗਾ ਫਿਰ ਹੁਣ ਤੁਸੀਂ ਆ ਜਾਓ ਜੀ ਹੁਣ ਹਾਂਜੀ ਲਾਸਟ ਸਵਾਲ ਹਾਂਜੀ ਇਸ ਰਾਉਂਡ ਦਾ ਲਾਸਟ ਸਵਾਲ ਟਾਈ ਬ੍ਰੇਕਰ ਹਾਂ ਫੇਰ ਤਾਂ ਸਕਰੀਨ ਤੇ ਹੋਏਗਾ ਇੱਥੇ ਸਕਰੀਨ ਤੇ ਤੁਹਾਨੂੰ ਇੱਕ ਆਰਟਿਸਟ ਦੀ ਫੋਟੋ ਦਿਖਾਈ ਜਾਏਗੀ ਜੀ ਤੇ ਤੁਸੀਂ ਉਸ ਆਰਟਿਸਟ ਦੇ 5 ਸੌਂਗ ਦੱਸਣੇ ਨੇ 5 ਸੌਂਗ ਹਾਂਜੀ ਠੀਕ ਵਿਦਇਨ 30 ਸੈਕਿੰਡਸ ਸੇਮ ਰੂਲਸ ਨੇ ਤੇ ਉਹ ਆਰਟਿਸਟ ਨੇ ਹਾਂਜੀ ਸਭ ਤੋਂ ਪਹਿਲਾਂ ਅਹਿਨ ਜੀ ਨੇ ਬਜ਼ਰ ਪ੍ਰੈਸ ਕੀਤਾ ਸੀ ਮੂਲ ਮੰਤਰ ਦਾਦੀਆਂ ਨਾਨੀਆਂ ਅੰਮ੍ਰਿਤ ਮਾਨਾ ਕਿਹੜਾ ਗਾਣਾ ਸੀ ਮੈਨੂੰ ਕੀ ਪਤਾ ਮੈਂ ਨਹੀਂ ਦੱਸਣਾ ਦਾਦੀਆਂ ਨਾਨੀਆਂ ਮੂਲ ਮੰਤਰ ਸ਼ਬਦ ਸ਼ਬਦ ਵੀ ਕੀਤਾ ਉਹਨਾਂ ਨੇ ਇੱਕ ਯਾਰ ਯਾਰ ਗਾਣੇ ਦਾ ਨਾਮ ਥੋੜੀ ਹੋਇਆ ਯਾਰ ਔਰ ਸ਼ਬਦ ਨਹੀਂ ਕਿਹਾ ਉਹਨਾਂ ਨੇ ਗਾਣੇ ਕਿਹਾ ਹਾਂ ਵੀ ਉਹ ਵੀ ਸ਼ਬਦ ਗਾਇਆ ਟਾਈਮਰ ਟਾਈਮਰ ਦੁਬਾਰਾ ਟਾਈਮਰ ਲੈਣਾ ਪੈਣਾ ਤੁਹਾਨੂੰ ਇਹਨਾਂ ਮੈਨੂੰ ਡਿਸਟਰਬ ਕਰਦੇ ਨੇ ਪਲੀਜ਼ ਵੀਰੇ ਤੁਸੀਂ ਤੰਗ ਕਰਦੇ ਹੋ ਯਾਰ ਮੈਨੂੰ ਹਰ ਵਾਰੀ ਡਿਸਟਰਬ ਕਰਦੇ ਹੋ ਸ਼ਬਦ ਵੀ ਤਾਂ ਗਾਏ ਉਹਨਾਂ ਨੇ ਹੁਣ ਜਦ ਸ਼ਬਦ ਗਾਏ ਨਾ ਹੁਣ ਅੱਬਾ ਚੱਲਣਾ ਇੱਥੋਂ ਵੀਰੇ ਤੁਸੀਂ ਸਹੀ ਟਾਈਮ ਤੇ ਜਵਾਬ ਨਾ ਦੇ ਕੇ ਤੁਹਾਨੂੰ ਇਹ ਪੁਆਇੰਟਸ ਨਹੀਂ ਮਿਲਣਗੇ ਵੀਰੇ ਦੇ ਇੱਥੇ ਕੋਈ ਸ਼ੀਸ਼ਾ ਲਵਾਓ ਕਿ ਸਾਨੂੰ ਆਵਾਜ਼ ਨਾ ਸੁਣੇ ਦੂਜੇ ਬੰਦੇ ਦੀ ਆਹ ਹਣਾ ਉਹ ਹੋਣਾ ਚਾਹੀਦਾ ਕੈਬਨ ਜਿਹਾ ਜੀ ਜੀ ਜਾਂ ਆਪਣੇ ਹੈੱਡਫੋਨ ਹੋਣੇ ਚਾਹੀਦੇ ਹਾਂ ਪਰ ਉਹ ਕਿੱਦਾਂ ਕਰਾਂਗੇ ਫਿਰ ਉਹਨਾਂ ਦੀ ਫਿਰ ਮੇਰੀ ਆਵਾਜ਼ ਕਿਵੇਂ ਸੁਣੂਗੀ ਤੁਸੀਂ ਕੰਨ ਚ ਆ ਕੇ ਬੋਲ ਦੇਣਾ ਤੁਸੀਂ ਸਾਥ ਨਹੀਂ ਦਿੱਤਾ ਮੇਰਾ ਬ੍ਰਦਰ ਪਲੀਜ਼ ਤੁਸੀਂ ਹਰਾਨ ਮੈਨੂੰ ਹਰਾਉਣਾ ਚਾਹੁੰਦੇ ਹੋ ਬਰਾਬਰ ਕਾਫੀ ਕੈਂਸਲ ਬਚ ਗਿਆ ਮੈਂ ਮੈਨੂੰ ਸੀਗਾ ਗਿਆ ਹੱਥੋਂ ਮੈਨੂੰ ਪਤਾ ਸੀ ਪਰ ਮੈਂ ਜਾਣ ਕੇ ਨਹੀਂ ਦੱਸਿਆ ਯਾਰ ਦੁਬਈ ਵਾਲੇ ਸ਼ੇਖ ਮੇਰੇ ਰੂਪ ਤੇ ਕੁੜੀਆਂ ਚ ਚੜਦੇ ਮੁੰਡਿਆਂ ਚ ਸੱਚ ਜਿਵੇਂ ਪਰ ਮੇਰੇ ਤਾਂ ਕੁੜੀਆਂ ਚ ਕੁੜੀਆਂ ਚ ਆਓ ਤੌਰ ਬਣਾ ਤੌਰ ਕਾਦੀ ਕੱਟਦਾ ਉਹ ਵੀ ਆ ਮੈਨੂੰ ਉਹ ਯਾਦ ਆ ਗਾਣਾ ਯਾਦ ਆ ਹਾਂ ਕਿਉਂ ਯਾਦ ਆ ਪਰ ਉਹਦਾ ਸੌਂ ਨਹੀਂ ਯਾਦ ਸੀ ਡਿਜ਼ਾਈਨਰ ਵੀ ਸੀ ਇੱਕ ਹਾਂ ਸੱਚ ਡਿਜ਼ਾਈਨਰ ਵੀ ਇੱਕ ਮੈਨੂੰ ਯਾਦ ਆ ਇਸ ਇੱਕ ਗਾਣੇ ਮੇਰੀ ਗੱਡੀ ਵੀ ਯੂਜ਼ ਕੀਤੀ ਸੀ ਮਰਾ ਸ਼ੁਰੂ ਸ਼ੁਰੂ ਦਾ ਆਇਆ ਸੀ ਪਤਾ ਨਹੀਂ ਚਲੋ ਜੋ ਮੂਲ ਮੰਤਰ ਤਾਂ ਮੈਂ ਡਾਇਰੈਕਟ ਕੀਤਾ ਸੀ ਮੈਨੂੰ ਤਾਂ ਯਾਦ ਆ ਸ਼ਬਦ ਤਾਂ ਮੈਂ ਕਿਹਾ ਸੀ ਉਹ ਮੇਰੀ ਗੱਡੀ ਯੂਜ਼ ਕੀਤੀ ਤਾਂ ਯਾਦ ਆ ਤੇ ਇੱਥੇ ਹੀ ਸਾਡਾ ਬਾਲੀਵੁੱਡ ਰਾਉਂਡ ਖਤਮ ਹੁੰਦਾ ਹੈ ਤੇ ਹੁਣ ਜਿਹੜੇ ਸਕੋਰ ਨੇ ਕੁਝ ਇਸ ਤਰ੍ਹਾਂ ਨੇ ਪਹਿਲੀ ਵਾਰ ਇਹ ਹੋਇਆ ਸ਼ੋਅ 'ਚ ਕਿ ਬਾਲੀਵੁੱਡ ਰਾਉਂਡ ਤੱਕ ਤੁਹਾਡੇ ਦੋਹਾਂ ਵਿਚਕਾਰ ਟਾਈ ਹੈ 55-55 ਦੇਖਿਆ ਇਹ 'ਚ ਪ੍ਰੋਬਲਮ ਸੀਗੀ ਤੁਸੀਂ ਮੰਨੇ ਨਹੀਂ ਕਿਹਦੇ 'ਚ ਹੁਣ ਆਓ ਜਰਾ ਤੇ ਹੁਣ ਇਸ ਸ਼ੋਅ ਦਾ ਲਾਸਟ ਰਾਉਂਡ ਜਿਹਦਾ ਨਾਮ ਹੈ ਜੈਕਪੋਟ ਰਾਉਂਡ ਓਕੇ ਜੀ ਇਹਦੇ ਸਾਨੂੰ 4 ਸਵਾਲ ਪੁੱਛੇ ਜਾਣਗੇ ਚਾਰੇ ਦੇ ਚਾਰੇ ਸਵਾਲ ਸਕਰੀਨ ਤੇ ਹੋਣਗੇ ਤੇ ਹਰ ਸਹੀ ਜਵਾਬ ਤੇ ਤੁਹਾਨੂੰ 20 ਪੁਆਇੰਟਸ ਮਿਲਣਗੇ ਸਿੱਧਾ ਸਿੱਧਾ ਅੱਛਾ ਜੀ ਇਹ ਸਕਰੀਨ ਤੇ ਆਣਗੇ ਹਾਂਜੀ ਡਨ ਠੀਕ ਹੈ ਜੀ ਓਕੇ ਜੀ ਤੇ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਇਹਦੇ 'ਚ ਤੁਹਾਨੂੰ ਹਰ ਜਵਾਬ ਲਈ 30 ਸੈਕਿੰਡਸ ਮਿਲਣਗੇ ਤੇ ਸੇਮ ਰੂਲਸ ਨੇ ਸਿਰਫ ਇੱਕੋ ਹੀ ਜਣਾ ਜਵਾਬ ਦੇ ਇੱਕ ਹੀ ਜਣਾ ਜਿਹਦਾ ਬਜ਼ਰ ਲੱਗ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆਡੀਓ ਸੁਣਾਈ ਜਾਏਗੀ ਤੁਸੀਂ ਗੈਸ ਕਰਨਾ ਕਿ ਉਹ ਕਿਹਦੀ ਆਵਾਜ਼ ਹੈ ਕਿਹਦੀ ਆਵਾਜ਼ ਠੀਕ ਹੈ ਜੀ ਤੇ ਮੈਂ ਟਾਈਮਰ ਵੀ ਰੈਡੀ ਕਰ ਲਾਂ ਤੇ ਉਹ ਆਵਾਜ਼ ਹੈ ਇੱਕ ਮੁੰਡੇ ਨੂੰ ਨਾ ਗੁੱਡ ਕਮਿਊਨੀਕੇਟਰ ਹੋਣਾ ਬਹੁਤ ਜ਼ਰੂਰੀ ਹੈ ਸੁਨੰਦਾ ਸਾਰੇ ਕਹਿੰਦੇ ਵੀ ਸਾਡੀਆਂ ਫੀਲਿੰਗਸ ਨਹੀਂ ਕੋਈ ਸਮਝਦਾ ਸਾਡੀਆਂ ਫੀਲਿੰਗਸ ਨਹੀਂ ਕੋਈ ਸਮਝਦਾ ਕਿਵੇਂ ਸਮਝਾਉਂਦਾ ਸਮਝਾਉਂ ਤਾਂ ਚਲੋ ਆਪਸ਼ਨ ਵੀ ਤਾਂ ਆਉਣੇ ਹਜੇ ਬੋਲੋ ਤਾਂ ਸਹੀ ਅਸੀਂ ਸੁਣਨ ਨੂੰ ਰੈਡੀ ਹਾਂ ਤਾਨੀਆਂ 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 ਦੀ ਆਵਾਜ਼
ਉਹਨੇ ਵੈਸੇ ਸਹੀ ਜਵਾਬ ਦਿੱਤਾ ਬਟ ਨਹੀਂ ਠੀਕ ਹੈ ਬਣ ਗਿਆ ਇਹ ਤਾਂ ਦੇਣਾ 20 ਪੁਆਇੰਟ ਆ ਗਏ ਸਰ ਥੈਂਕ ਯੂ ਸਰ ਇਹ ਚ ਮੈਂ ਮੰਨਦਾ ਚੀਟਿੰਗ ਤੇ ਬਿਲਕੁਲ ਸਹੀ ਜਵਾਬ ਦੇ ਕੇ ਸਿੱਧਾ 20 ਪੁਆਇੰਟ ਕੁੜੀਆਂ ਕਣੀਆਂ ਦਾ ਇਹਨੂੰ ਹੀ ਪਤਾ ਮਾਨਸੀ ਦੇਖ ਕਿੰਨਾ ਚੰਗਾ ਮੈਂ ਤਾਂ ਕਿ ਤਾਨੀ ਸ਼ੇਰਗਿੱਲ ਦੀ ਆਵਾਜ਼ ਆ ਮੈਂ ਤਾਂ ਇਹ ਜਿਹੜਾ ਬੰਦਾ ਆਵਾਜ਼ ਵੀ ਪਛਾਣ ਗਿਆ ਕੁੜੀ ਦੀ ਸੋਚੋ ਉਹਦਾ ਕਿੰਨਾ ਧਿਆਨ ਹੁੰਦਾ ਹੋਣਾ ਇਸੇ ਕਲਿੱਪ ਕੱਟਿਆ ਜਾਵੇ ਜਰਾ ਗੌਰ ਸੇ ਦੇਖੀ ਇਨਸਾਨ ਕੋ ਇਹ ਇਸ ਚਿਹਰੇ ਕੇ ਪੀਛੇ ਮੇਰਾ ਕਲਿੱਪ ਔਰ ਛੁਪਾ ਹੋਇਆ ਹੈ ਮੇਰਾ ਕਲਿੱਪ ਕੱਟਿਆ ਜਾਵੇ ਮੈਂ ਕਰ ਮੈਂ ਫਿਰ ਕਹਿੰਦੇ ਨਾ ਹਾਥੀ ਤੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਵਾਲੇ ਕਜੋਰ ਮੈਂ ਹਟ ਜਾ ਵੀਰੇ ਮੈਂ ਇਹ ਬੰਦਾ ਮੈਂ ਕੁੜੀਆਂ ਦੀਆਂ ਆਵਾਜ਼ਾਂ ਤੱਕ ਨੋਟ ਕਰਦਾ ਹੈ ਕਿ ਗੌਰ ਨਾਲ ਦੇਖਿਆ ਜਾਵੇ ਇਸ ਬੰਦੇ ਨੂੰ ਮੈਨੂੰ ਦੇਖੋ ਕੋਈ ਸ਼ਰੀਫ ਸ਼ਰੂਫ ਨਹੀਂ ਹੈਗਾ ਕਿ ਮੈਂ ਲਿਖ ਕੇ ਕਵਰੇ ਕਾਗਜ਼ ਤੇ ਦਿੰਦਾ ਜੀ ਇਹ ਬਹੁਤ ਬਹੁਤ ਨੋਟੀ ਬੰਦਾ ਦੇਖੋ ਮੈਨੂੰ ਕਿੰਨੀ ਸ਼ਿੱਦਤ ਹੈ ਮੈਂ ਮੁਹੱਬਤ ਕਰਦਾ ਕਿੰਨੇ ਪਾਲੀਵੁੱਡ ਨੂੰ ਕਿ ਮੈਨੂੰ ਸਾਰੇ ਨਾਮ ਆਉਂਦੇ ਤੁਸੀਂ ਸ਼ਿੱਦਤ ਨਾਲ ਤੁਸੀਂ ਸਪੋਟ ਬਾਏ ਦੀ ਆਵਾਜ਼ ਵੀ ਚਲਾ ਦੋਗੇ ਤਾਂ ਬਾਲੀਵੁੱਡ ਨੂੰ ਤਾਂ ਕਰਦੇ ਕਰਦੇ ਮੈਂ ਦੱਸ ਦੂੰ ਸ਼੍ਰੇਸ਼ ਦੀ ਆਵਾਜ਼ ਆ ਇਹ ਕੋਈ ਮੁੰਡੇ ਕੋਈ ਕਿੰਨੇ ਸਪੋਟ ਬਾਏ ਦੀ ਚਲੋ ਆ ਨੈਕਸਟ ਐਕਚੁਅਲੀ ਗੁੱਡ ਵਨ ਇਹ ਬਹੁਤ ਵੱਡੀ ਗੱਲ ਹੁੰਦੀ ਕਿਸੇ ਦੀ ਆਵਾਜ਼ ਪਛਾਣਨਾ ਸਪੈਸ਼ਲੀ ਕੁੜੀਆਂ ਦੀ ਭਾਬੀ ਸੌਰੀ ਬ੍ਰੋ ਮੇਰਾ ਮੈਂ ਐਕਚੁਅਲੀ ਘਰੇ ਗੱਲ ਕਰਦਾ ਮੈਂ ਹੁਣ ਇਸ ਰਾਉਂਡ ਦਾ ਅਗਲਾ ਸਵਾਲ ਜੀ ਓ ਗਾਡ ਹੁਣ ਤੁਹਾਨੂੰ ਸਕਰੀਨ ਤੇ ਇੱਕ ਸੌਂਗ ਦਾ ਸਕਰੀਨਸ਼ਾਟ ਦਿਖਾਇਆ ਜਾਏਗਾ ਓਕੇ ਤੇ ਤੁਸੀਂ ਉਹ ਗੈਸ ਕਰਨਾ ਕਿ ਕਿਹੜਾ ਸੌਂਗ ਹੈ ਹਾਂਜੀ ਆਓ ਜੀ ਤੇ ਉਹ ਸਕਰੀਨਸ਼ਾਟ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਪ੍ਰੈਸ ਕੀਤਾ ਟਾਈਮਰ ਸ਼ੁਰੂ ਹੋ ਚੁੱਕਿਆ ਤੇਰੀਆਂ ਯਾਦਾਂ ਹਾਂਜੀ ਗਾਣੇ ਦਾ ਨਾਮ ਉਹ ਨਹੀਂ ਗਾਇਆ ਏਪੀ ਨਹੀਂ ਗਾ ਹਾਂਜੀ ਤੇ ਗਾਣੇ ਦਾ ਨਾਮ ਤੇਰੀਆਂ ਯਾਦਾਂ ਗਾਣਾ ਯਾਰ ਹੁਣ ਮੈਨੂੰ ਗਾਣੇ ਦਾ ਨਾਮ ਨਹੀਂ ਪਤਾ ਯਾਰ ਗਾਣੇ ਦਾ ਇਹਦਾ ਨਾਮ ਵੀ ਕਿਆ ਕੋਈ ਗਾਣਾ ਤਾਂ ਸਹੀ ਆ ਨਾ ਤੇਰੀਆਂ ਯਾਦਾਂ ਨਹੀਂ ਪਰ ਨਾਂ ਤਾਂ ਨਾ ਗਾਣਾ ਇਹ ਗੱਲ ਨਾਂ ਤਾਂ ਨਾ ਹੋ ਸਕਦਾ ਯਾਰ ਨਾ ਦੱਸੋ ਨਾ ਫਿਰ ਤੁਸੀਂ ਯਾਰ ਉਹ ਨਾ ਹੀ ਇੰਗਲਿਸ਼ ਦੇ ਰੱਖਦਾ ਮੈਂ ਹੁਣ ਕੀ ਕਰਾਂ ਦੱਸੋ ਫਿਰ ਸੋਚੋ ਨਾ ਬਟਾ ਤੋ ਹਾਂ ਮੈਂ ਪੁਆਇੰਟ ਯੋਰ ਨਿਗਾਹ ਯੋਰ ਨਿਗਾਹ ਨਹੀਂ ਗਾਣੇ ਦਾ ਨਾਮ ਹੈ ਵਿਧੀ ਬਟ ਤੁਹਾਨੂੰ ਵੀ ਨਹੀਂ ਮਿਲਣਾ ਇਹਦਾ ਪੁਆਇੰਟ ਬਟ ਨਹੀਂ ਮੈਂ ਤੁਹਾਨੂੰ ਦਊਂਗੀ ਪੁਆਇੰਟ ਥੈਂਕ ਯੂ ਥੈਂਕ ਯੂ ਇਹ ਤੁਸੀਂ ਚੀਟਿੰਗ ਕਰ ਰਹੇ ਹੋ ਤੁਸੀਂ ਮੈਨੂੰ ਗਾਣਾ ਗਾ ਕੇ ਦੱਸਦਾ ਯਾਰ ਗਾਣੇ ਦਾ ਪਤਾ ਹੋਣਾ ਚਾਹੀਦਾ ਕਿਹੜਾ ਗਾਣਾ ਉਹ ਪਤਾ ਨਾ ਮੈਨੂੰ ਵੀ ਪਤਾ ਸੀ ਵੀ ਕਿਹੜਾ ਗਾਣਾ ਹੈ 20 ਕਿੰਨੇ ਹੋ ਗਏ 85 ਏਪੀ ਆਈ ਲਵ ਯੂ ਬ੍ਰੋ ਕੈਨ ਨਹੀਂ ਕਮ ਬਹੁਤ 85 ਨਹੀਂ 75 75 ਅੱਛਾ ਬਰਾਬਰ ਫਿਰ ਤੁਸੀਂ ਯੈਸ ਫਿਰ ਤੋਂ ਬਰਾਬਰ ਇੰਨੀ ਤੇ ਹੁਣ ਪਿਛਲਾ ਪੁਆਇੰਟ ਤੁਹਾਨੂੰ ਮਿਲਿਆ ਸੀ ਸਰ ਤਾਨੀਆਂ ਵਾਲਾ ਜਿਹੜਾ ਆਵਾਜ਼ ਪਛਾਣੀ ਸੀ ਤੇ ਹੁਣ ਦੋ ਸਵਾਲ ਰਹਿ ਗਏ ਨੇ ਜੀ ਦੇਖਦੇ ਹਾਂ ਇਸ ਤੋਂ ਬਾਅਦ ਗੇਮ ਖਤਮ ਹਾਂਜੀ ਨਹੀਂ ਯਾਰ ਇੰਨੀ ਜਲਦੀ ਇਹ ਤਾਂ ਮਜ਼ਾ ਆਉਣ ਲੱਗਿਆ ਹੋਰ ਸਵਾਲ ਆਉਣ ਲੱਗਿਆ ਹੋਰ 500 ਤੁਸੀਂ ਇਹ ਸੋਚ 20 ਸਵਾਲ ਹੋਰ ਪੁੱਛੋ ਸਾਨੂੰ ਨਹੀਂ ਪਤਾ ਬੜਾ ਹੀ ਮਜ਼ਾ ਆ ਰਿਹਾ ਠੀਕ ਹੈ ਹੁਣ ਤੁਹਾਨੂੰ ਸਕਰੀਨ ਤੇ ਇੱਕ ਮੂਵੀ ਦਾ ਨਾਮ ਉਲਟ ਪੁਲਟ ਕਰਕੇ ਦਿਖਾਇਆ ਜਾਊਗਾ ਅੱਛਾ ਜੀ ਤੇ ਤੁਸੀਂ ਸਿੱਧ ਪੁੱਧ ਕਰੋ ਯੈਸ ਸਿੱਧ ਪੁੱਧ ਕਰਕੇ ਦੱਸਣਾ ਹੈ ਕਿ ਕਿਹੜੀ ਮੂਵੀ ਹੈ ਯਾਰ ਦੇਖਿਆ ਦਿਮਾਗ ਦੇਖਿਆ ਬੰਦੇ ਦਾ ਬੋਲ ਕੇ ਪੁੱਟਾ ਸਰ ਇਹ ਤਾਂ ਕਰ ਸਕਦੇ ਆ ਅਸੀਂ ਇਹ ਤਾਂ ਫਿਰ ਮੈਂ ਵੀ ਕਰੂੰਗਾ ਪੁੱਠਾ ਉਤੇ ਸਿੱਧਾ ਦਿਖੋ ਸਾਡੀ ਸਕਰੀਨ ਆਓ ਜੀ ਨਹੀਂ ਨਹੀਂ ਆਪਾਂ ਦੇਖੀ ਨਹੀਂ ਇਹਦੇ ਚ ਹਾਂ ਦਸ ਅਸੀਂ ਸ਼ਬਦਾਂ ਨਾਲ ਅੱਛਾ 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 ਠੀਕ ਹੈ ਤਾਂ ਸ਼ਬਦਾਂ ਨਾਲ ਤੇ ਉਹ ਨਾਮ ਹੈ ਹਾਂਜੀ ਸਭ ਤੋਂ ਪਹਿਲਾਂ ਇਹ ਹੈ ਜਿਹਨੇ ਬਜ਼ਰ ਪ੍ਰੈਸ ਕੀਤਾ 30 ਸੈਕਿੰਡਸ ਦਾ ਟਾਈਮਰ ਸ਼ੁਰੂ ਹੋ ਚੁੱਕਾ ਹੈ ਬਾਲੀਵੁੱਡ ਕੋ ਬਾਲੀਵੁੱਡ 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 ਹੀ ਹੈ ਪੰਜਾਬੀ ਫਿਲਮਾਂ ਹੀ ਨੇ ਯਾਰ ਆ ਗਈ ਯਾਰ ਨਹੀਂ ਪਤਾ ਲੱਗ ਰਿਹਾ ਪਲੀਜ਼ 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 ਪਾਪਾ ਮੈਨੂੰ ਪੁਆਇੰਟ ਨਾ ਦਿਓ ਕੋਈ ਗੱਲ ਨਹੀਂ ਨਹੀਂ ਮਿਲੇਗਾ ਮਿਲਣਗੇ ਹਾਂਜੀ ਕਿੰਨਾ ਰਹਿ ਗਿਆ ਟਾਈਮ 2 1 0 ਖਤਮ ਸ਼ਰੀਕ ਬਿਲਕੁਲ ਸਹੀ ਜਵਾਬ ਸ਼ਰੀਕ 2 ਸੀ ਸਹੀ 2 ਕਿੱਥੇ ਲਿਖਿਆ ਇਹਨੇ ਪਾਉਣਾ ਭੁੱਲ ਕੇ 2 ਹੈ ਸ਼ਰੀਕ ਕਰੋ ਜੀ ਸੱਟ ਸ਼ਰੀਕ 20 ਪੁਆਇੰਟਸ ਸ਼ਰੀਕਾ ਮੈਂ ਜਾਣ ਕੇ ਜਿਤਾਇਆ ਵੀਰੇ ਮੈਂ ਹਾਰਨਾ ਚਾਹਣਾ ਮੈਂ ਆਲਰੇਡੀ ਪਹਿਲਾਂ ਕਹਿ ਰਿਹਾ ਸ਼ਰੀਕਾ ਦੇ ਸੀਨਿਆਂ 'ਚ ਅੱਗ ਲਾਉਣੀ ਮੈਂ ਤੇ ਹੁਣ ਫਾਈਨਲੀ 20 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਹਾਂ ਵੈਰੀ ਗੁੱਡ ਹੁਣ ਕੀ ਸਕੋਰ ਹੈ ਹੁਣ ਲਾਸਟ ਸਵਾਲ ਓ ਵੈਸੇ ਸਕੋਰ ਕੀ ਹੈ ਮੈਂ 2 ਪੁਆਇੰਟ ਅੱਗੇ ਆ ਮੈਂ ਤਾਂ ਜਿੱਤ ਗਿਆ ਆਲਰੇਡੀ ਵੀਰੇ ਮੈਂ ਬਜ਼ਰ ਨਹੀਂ ਦੱਬਣਾ ਤੁਸੀਂ ਕਰ ਦੋ ਮੈਂ ਤਾਂ ਆਲਰੇਡੀ ਵਿਨਰ ਆ ਯੂ ਨੋ ਹਾਏ ਦਿਲਦੀਆਂ ਤਾਂ ਵਧੀਆਂ ਹੋਈਆਂ ਫਿਨਿਸ਼ ਰੇਸ ਦੇ ਕੋਲ ਪਹੁੰਚਦੇ ਹੋਏ ਖਿਡਾਰੀ ਹੈਲੋ ਤਾਂ ਕਰ ਲਿਓ ਇੱਕ ਵਾਰੀ ਚਲੋ ਇਦਾਂ ਕਰ ਦੂਜੀ ਨਾ ਵੀ ਕਰੋ ਨਾ ਆ ਗਲਤ ਗੱਲ ਆ ਦੇਖ ਲੋ ਕਹਿੰਦੇ ਹੈਲੋ ਕਰਦੇ ਆ ਹਾਂਜੀ ਜੀ ਹੁਣ ਤੁਹਾਨੂੰ ਇੱਕ ਮੂਵੀ ਦਾ ਸਕਰੀਨਸ਼ਾਟ ਦਿਖਾਇਆ ਜਾਏਗਾ ਅੱਛਾ ਜੀ ਮੂਵੀ ਗੈਸ ਕਰਨੀ ਹੈ ਕਿ ਕਿਹੜੀ ਮੂਵੀ ਹੈ ਡਨ ਤੇ ਉਹ ਸਕਰੀਨਸ਼ਾਟ ਹੈ
हाँ जी वीरे गलत ला दो कणकाटा कणकाटा मूवी यार निकीत नी हाँ निकीत हाँ जी वो फिर बाबा पुरानी फिल्म आ मैं गलत है सरदार मोहम्मद दसों थोड़ा टाइमर सरदार मोहम्मद नहीं वो है 15 सेकंड पे श्रीक 2 जिमी पर ये देखो श्रीक नहीं होना जान के कर रहे अभी एक्टिंग कर रहे मैंने बोल हैं नहीं ये नहीं ज्यादा कसम आई डोंट नो हाँ जी हाँ दस दा हाँ बिल्कुल देख लो बाय गॉड मैंने गल याद आ गई वैसे जो तो मैं गिटार सीखता सी ना तो सानू सर कहने भी स्ट्रिंग्स के नाम याद करो स्ट्रिंग्स के नाम की तो एक मुंडा सी वो पिंड तो आता सी उन्होंने स्ट्रिंग के नाम नहीं याद होते उन्होंने सर कहने भी एक स्ट्रिंग आ सर ये चौथे वाले पूछ रहे हो मैं यानी आही इन्ने दिमाग से याद कर लेता सी वो मैं थोड़े ना कर रहा भी अच्छा है दाना पानी बिल्कुल सही जवाब टाई हो गया तेसे दे नाल ही एक और पूछना पड़ा मुझे सवाल फिर तो टाई हो चुके हैं सर आपा तड़ टाई किथे आ ते हुन जड़ी सिचुएशन बनी हुई है उन मद्दे नजर रखते हुए एक सवाल और ऐड ऑन किया गया ओके जेड़ा कि स्क्रीन पे होएगा ते हुन स्क्रीन पे तुम्हें एक मूवी का स्क्रीनशॉट दिखाया जाएगा ते तुसी वो मूवी गेस करनी है कि केड़ी मूवी है ते वो स्क्रीनशॉट है युवराज जी सब तो पहले मैं थोड़े तो ही पूछदी हां तुहाडा हुण तक दा सब तो शानदार फैन मूवमेंट जिहड़ा तुहानू रहिंदी जिंदगी तक याद रहूगा ही रहूगा मैं फैन हूं मैं मेरे नाल दस दे प्लीज मैं थोड़ा बहुत बड़ा फैन हूं जवाब तो मैं देता नो शॉर्ट आंसर्स नाड़ा वड्डन वाला गल दा नहीं नहीं इदा दा कुछ नहीं दिया है जेड़ा ना एक कुड़ी सी मेरी नाड़ा वड्डी सी वो मैनू लिख के भेज दी युवराज आई लव यू युवराज आई लव यू थैंक यू नहीं मैनू फैन मूवमेंट्स तो बहुत होया यार चलो फनी सुना दिना जो भी मैं याद आता एक बार मैं जिम्मी थोड़े दिन पहला भी इंटरव्यू यारण मुल आई नवी नवी थानू तो दसी हूँ हिट हो गई या फिल्म है ना सारे पछाणदे अपने हाथ में सारे कहते दीप दीप यारण मुल वाला टिंका कितने इधर इदा हूँ हो गया तो मैं ना बॉम्बे चला सी नैक्सट फिल्म की ग्रेशन वास्ते तो एयरपोर्ट पर मैं बैठा तो मेरे को एक कुड़ी आई ਭੱਜਦੀ ਭੱਜਦੀ ਬੈਠੇ ਜਿੱਦਾਂ ਹੁਣ ਵੇਟ ਕਰਦੇ ਹੁੰਦੇ ਨਾ ਗੇਟ ਦੇ ਕੋਲ ਤੇ ਕਹਿੰਦੀ ਓ ਮਾਈ ਗੋਡ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਓ ਮਾਈ ਗੋਡ ਆਈ ਕਾਂਟ ਬਿਲੀਵ ਇਹ ਮੇਰੇ ਸਾਹਮਣੇ ਬੈਠੇ ਹੈ ਨਾ ਕਹਿੰਦੀ ਮੈਂ ਇੱਕ ਤੁਹਾਡੇ ਨਾਲ ਫੋਟੋ ਲੈ ਲਾ ਮੈਂ ਕਿਹਾ ਹਾਂ ਲੈ ਲਓ ਕਹਿੰਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਥੈਂਕ ਯੂ ਆ ਰਿਹਾ ਬੱਬਰ ਮੈਂ ਕਿਹਾ ਕੀ ਮਤਲਬ ਇੱਦਾਂ ਤਾਂ ਨਹੀਂ ਕੀ ਕਿਹਾ ਮੈਂ ਕਿਹਾ ਹਾਂਜੀ ਕਹਿੰਦੀ ਆ ਰਿਹਾ ਬੱਬਰ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਪਰ ਫਿਰ ਮੈਂ ਵੀ ਨਹੀਂ ਮੰਨਿਆ ਮੈਂ ਆਰਾ ਬੱਬਰ ਨਹੀਂ ਗਾ ਮੈਂ ਕਿਹਾ ਆ ਜਾਓ ਆ ਜਾਓ ਫੋਟੋ ਕਰਾ ਕੇ ਭੇਜਤਾ ਉਹ ਅੱਜ ਤੱਕ ਦਾ ਵੇਡੈਸਟ ਐਂਡ ਕਿਊਟੈਸਟ ਫੈਨ ਮੂਮੈਂਟ ਸੀ ਹਾਂਜੀ ਸਰ ਤੁਹਾਡਾ ਮੇਰਾ ਵੀ ਹਾਂਜੀ ਤੁਸੀਂ ਵੀ ਬੰਦੇ ਹੀ ਹੋ ਮੈਂ ਆਫਿਸ ਸੀ ਤਾਂ ਇੱਕ ਬੰਦਾ ਭੱਜੇ ਭਜਾਇਆ ਕਹਿੰਦਾ ਵੀਰੇ ਤੁਹਾਡੇ ਮੈਂ ਬਹੁਤ ਗਾਣੇ ਸੁਣਦਾ ਬੜੇ ਘੈਂਟ ਗਾਣੇ ਸੁਣਦਾ ਤਾਂ ਤੁਹਾਡੇ ਗਾਣੇ ਸਾਰੇ ਘੈਂਟ ਹੁੰਦੇ ਮੈਸੇਜ ਹੁੰਦੇ ਸਾਰੇ ਗਾਣੇ 'ਚ ਮੈਂ ਕਿਹਾ ਥੈਂਕ ਯੂ ਵੀਰੇ ਮੈਨੂੰ ਪਹਿਲਾਂ ਹੀ ਹਾਸਾ ਹੀ ਆ ਰਿਹਾ ਕਹਿੰਦਾ ਅਤੇ ਮੈਂ ਕਹਿੰਦਾ ਤੁਹਾਡਾ ਗਾਣਾ ਨਾ ਮੈਂ ਬਹੁਤ ਸੁਣਦਾ ਮੈਂ ਵੀ ਪੁੱਛਣ ਲੱਗ ਗਿਆ ਮੈਂ ਕਿਹੜਾ ਗਾਣਾ ਸੁਣਦਾ ਤੂੰ ਮੈਨੂੰ ਦੱਸ ਕਹਿੰਦਾ ਭਾਅ ਜੀ ਲਲਕਾਰ ਵੇ ਗਾਣਾ ਦਾ ਨਾਮ ਲਲਾਰ ਵੇ ਲਲਕਾਰ ਵੇ ਬਰਾ ਅਰਜਨ ਵੈਲੀ ਓਏ ਰੱਬਾ ਇੱਕ ਨਾ ਅੱਜ ਕੱਲ੍ਹ ਉਹ ਵੀਰੇ ਦੀ ਉਹ ਰੀਲ ਬਹੁਤ ਸਾਰੀ ਵੇਖ ਕਰਦੀ ਹੈ ਗੱਲ ਕਿ ਕਰਨੀ ਚਾਹੀਦੀ ਦੱਸ ਦੱਸ ਕੋਈ ਨਾ ਪਰ ਉਹ ਤਾਂ ਕਿਸੇ ਨੇ ਟ੍ਰੋਲ ਕੀਤਾ ਉਹ ਬਹੁਤ ਫੇਮਸ ਹੋਈ ਉਹ ਹਨੀ ਸਿੰਘ ਵੀਰੇ ਦੇ ਨਾ ਫੈਮਿਲੀ ਬਾਰੇ ਦੱਸਦੇ ਆ ਕਿਦਾਂ ਰੀਅਲ ਹੁੰਦੀ ਨਾ ਮਦਰ ਬ੍ਰਦਰ ਫਾਦਰ ਉਹ ਪਹਿਲਾਂ ਆਉਂਦਾ ਹਨੀ ਸਿੰਘ ਵੀਰਾ ਹੈ ਨਾ ਹਨੀ ਸਿੰਘ ਫਿਰ ਉਹ ਦਿਖਾਉਂਦੇ ਵਾਈਫ ਹੈ ਨਾ ਹਨੀ ਸਿੰਘ ਵੀਰੇ ਫਿਰ ਅਲਫਾਜ਼ ਵੀਰੇ ਫ੍ਰੈਂਡਸ ਫਿਰ ਫਰੈਂਡਸ ਫਿਰ ਅਲਫਾਜ਼ ਵੀਰਾ ਹੁੰਦਾ ਫਿਰ ਮਦਰ ਦੀ ਫੋਟੋ ਆਉਂਦੀ ਫਿਰ ਉਹਨੂੰ ਫਾਦਰ ਆਉਂਦਾ ਵੀਰੇ ਦੇ ਨਾਲ ਫੋਟੋ ਆ ਤਾਂ ਦੇਖੋ ਜ਼ਰੂਰ ਅੱਜ ਕੱਲ੍ਹ ਬਹੁਤ ਫੇਮਸ ਹੋਈ ਫਿਰ ਰੀਲ 'ਚ ਮੈਨੂੰ ਕਿਸੇ ਨੇ ਭੇਜੀ ਮੁੰਡਾ ਮੇਰੇ ਨਾਲ ਗੁਰਵੀਰ ਹੁੰਦਾ ਉਹਨੇ ਭੇਜੀ ਮੈਂ ਵੀਰੇ ਨੂੰ ਕਹਿੰਦਾ ਹਾਂ ਮੈਨੂੰ ਕਿਸੇ ਨੇ ਭੇਜੀ ਜਦੋਂ ਫਾਦਰ ਆਉਂਦਾ ਤਾਂ ਵੀਰਾ ਨਾਲ ਖੜਾ ਇੱਥੇ ਮੈਂ ਕੰਮ ਕਰਾਏ ਤੋਂ ਬਿਨਾਂ ਤਾਂ ਮੈਂ ਤੁਹਾਨੂੰ ਜਾਣ ਵੀ ਨਹੀਂ ਦੇਣਾ ਸੀਗਾ
गाने मैं एक एक जरूर तुहाडे तो सुनने ने तुहाडा मैनू कलीरे मैनू भी बहुत पसंद पर इना सब यार आ काम गलत है यार ए की गल हुई मैनू मैनू गिटार चाहिदा मेरा की चाहिए मेनू गिटार चाहिए गाना मैं इदा कर गेने टेने टीने टेने पैने कहने टीने टेने कोने टेने 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 किस तरह क्लियर है घर से किसी जगह ने गिटार गाना 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 इस तरह के मैं बना टेने पैने कहने टेने पैने कहने इस तरह इस तरह प्लेस तो वेड़े इस तरह सीरियसली क्लियर सुनाओ यार यार तुसी थोड़ी बारी ना पहले तुसी सुनाओ ना ਵੱਡਾ ਕੌਣ ਆ ਤੁਸੀਂ ਓ ਪਲੀਜ਼ ਮੈਂ ਲੰਬਾ ਆ ਮੁੰਡਾ ਨਹੀਂਗਾ ਕੱਦ ਚ ਪੁੱਛਿਆ ਕੱਦ ਚ ਯਾਰ ਮੈਨੂੰ ਬਜ਼ੁਰਗ ਬਣਾ ਦੋ ਵੀਰੇ ਮੈਂ ਛੋਟਾ ਜੇ ਨਹੀਂ ਆਪਣਾ ਸਾਲ ਕਦੇ ਫਰਕ ਨਹੀਂਗਾ ਨਹੀਂ ਹੈਗਾ ਚਲੋ ਵੀਰੇ ਸੁਣ ਯਾਰ ਗਿਟਾਰ ਤੋਂ ਬਿਨਾ ਵੀ ਤੁਸੀਂ ਨਾਲ ਮੈਂ ਤੁਹਾਨੂੰ ਨਾਲ ਗਾਉਂ ਹਲਕਾ ਪਲੀਜ਼ ਤਰੋ ਨਹੀਂ ਐਪਰ ਨੂੰ ਦੱਸ ਦੇਣਾ ਗਾਣਾ ਵੀ ਤੁਸੀਂ ਇਸ ਤਰ੍ਹਾਂ ਲਗਾ ਲੈ ਇਹ ਚਲੋ ਆਵੇ ਮਿਊਜ਼ਿਕ ਆ ਗਿਆ ਸਾਊਂਡ ਆ ਗਿਆ ਇੱਥੇ ਇੱਥੇ ਗਾਉਂਦੇ ਚਲੋ ਇਹ ਮੈਂ ਨਾਲ ਨਾਲ ਤੁਰਨ ਦੇ ਤੁਸੀਂ ਵਿਹੜੇ 'ਚ ਆਵਾਂ ਤੇਰੇ ਬਣ ਕੇ ਕਲੀਰੇ ਚੁੰਨੀਆਂ ਰੰਗਾਵਾਂ ਤੇਰੇ ਰੰਗ ਦੇ ਜੋ ਚੀਰੇ ਗੁੱਜੀਆਂ ਤੂੰ ਬੁੱਝ ਲੈ ਮੇਰੇ ਨੈਣਾਂ ਨੂੰ ਪੜ ਕੇ ਪੁੱਗੀਆਂ ਕਦੇ ਨਹੀਂ ਵੇ ਜਿੱਦਾਂ ਤੇ ਅੜ ਕੇ ਬੇਪਰਵਾ ਮਾਇਆ ਤੁਸੀਂ ਗਾਓ ਨਾ ਬੇਪਰਵਾ ਮੈਂ ਖਰਾਬ ਹੋ ਗਿਆ ਬੇਪਰਵਾ ਮੈਂ ਤੇਰੀ ਤੂੰ ਮੇਰਾ ਦੱਸ ਦੇ ਵੇ ਕੀ ਰੌਲਾ ਰੱਬ ਦਿਸਦਾ ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿਸਦਾ ਏ ਪਲ ਵੀ ਨਾ ਉਹਦੇ ਬਿਨਾਂ ਲੰਘਦਾ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਮੇਰਾ ਗੁਰੂ ਜੀ ਦੇ ਸਾਰੇ ਗਾਣੇ ਉਹਨਾਂ ਦੇ ਪਸੰਦੀਦਾ ਨੇ ਨਾ ਉਹਨਾਂ ਨੂੰ ਸੁਣ ਅਸੀਂ ਜੋ ਅੱਜ ਗਾ ਰਹੇ ਹਾਂ ਜੋ ਅਸੀਂ ਮਹਿਸੂਸ ਕਰ ਰਹੇ ਪਰ ਮੈਨੂੰ ਉਹਨਾਂ ਦਾ ਕੱਚ ਦੀਆਂ ਮੁੰਦਰਾਂ ਦਾ ਅਸੀਂ ਰੀਲ ਵੀ ਤੋਂ ਸ਼ੂਟ ਕੀਤੇ ਉਹ ਜਾਨੀ ਕਿ ਮੈਨੂੰ ਲੱਗਦਾ ਹੈਗਾ ਵੀ ਉਹ ਮੇਰੇ ਬਹੁਤ ਜ਼ਿਆਦਾ ਕਰੀਬ ਆ ਦਿੰਦੇ ਸਾਰੇ ਗਾਣੇ ਕਰੀਬ ਨੇ ਪਰ ਉਹਦੇ ਨਾਲ ਕੋਈ ਨਾ ਕੋਈ ਮੇਰਾ ਲੱਗਦਾ ਕਿ ਮੇਰੀ ਜਿੱਦਾਂ ਦੀ ਸੋਲ ਆ ਜਾਂ ਜਿੱਦਾਂ ਦਾ ਮੇਰਾ ਹੈਗਾ ਸੁਭਾਅ ਉਹਦਾ ਉਹ ਮੇਰੀ ਜਿਹੜੀ ਡੈਡ ਵੀਰੇ ਨੂੰ ਪਿਆਰ ਵੀ ਬਹੁਤ ਕਰਦੇ ਮੈਨੂੰ ਉਹਨਾਂ ਨੇ ਜਦੋਂ ਪਹਿਲੀ ਵਾਰੀ ਵੀਰੇ ਨੂੰ ਮਿਲੇ ਅਤੇ ਪਹਿਲੀ ਗੱਲ ਤਾਂ ਉਹਨਾਂ ਨੂੰ ਸਮਝ ਆ ਗਈ ਕਿ ਬੰਦਾ ਰੂਹਾਨੀਅਤ ਆ ਗਈ ਨਾ ਘੈਂਟ ਬੰਦਾ ਅਤੇ ਉਹਨਾਂ ਨੇ ਜੁੱਤੀ ਪਾਈ ਅਤੇ ਜਾਣ ਲੱਗੇ ਮੈਨੂੰ ਕਹਿੰਦੇ ਇਹਨੂੰ ਨਹੀਂ ਕਦੇ ਛੱਡਣਾ ਲਾਈਕ ਬਹੁਤ ਘੈਂਟ ਸੋਲ ਹੈ ਸੋ ਮੈਂ ਅਤੇ ਮੈਂ ਮਿਲਣਾ ਚਾਹੁੰਦਾ ਸੀ ਮੈਂ ਲਾਈਨ 'ਚੋਂ ਨਹੀਂ ਸੀ ਇਸ ਲਾਈਨ 'ਚ ਮੈਂ ਬਾਅਦ 'ਚੋਂ ਆ ਕੇ ਇਸ ਲਾਈਨ 'ਚ ਆਇਆ ਤਾਂ ਮੈਂ ਦੇਖਦੇ ਹੁੰਦੇ ਸੀ ਯਾਰ ਜਿੱਦਾਂ ਕਦੇ ਜ਼ਿੰਦਗੀ 'ਚ ਕਦੇ ਮਿਲਾਂਗੇ ਅਤੇ ਹੁਣ ਸਾਡਾ ਇੰਨਾ ਜ਼ਿਆਦਾ ਪਿਆਰ ਆ ਕਿ ਇਹ ਮੈਨੂੰ ਕਹਿੰਦੇ ਆ ਕਿ ਮੈਂ ਫੋਨ ਕਰਨ ਲੱਗਦਾ ਕਹਿੰਦੇ ਵੀਰੇ ਮੈਂ ਫੋਨ ਚੱਕਿਆ ਸੀ ਕਾਲ ਸਾਡਾ ਇੱਦਾਂ ਬਹੁਤ ਵਾਰੀ ਹੁੰਦਾ ਜਿੱਦਾਂ ਮੈਂ ਹੁਣ ਸਪੋਜ਼ ਮੈਨੂੰ ਇਹਨਾਂ ਦੀ ਯਾਦ ਆ ਗਈ ਜਾਂ ਉਦਾਂ ਹੀ ਖਿਆਲ ਕਿ ਯਾਰ ਗੱਲ ਹੀ ਨਹੀਂ ਹੋਈ ਇੱਕ ਦੋ ਦਿਨ ਹੋ ਗਏ ਫੋਨ ਚੁੱਕਿਆ ਹੀ ਆ ਨਾਲ ਹੀ ਵੀਰੇ ਦਾ ਫੋਨ ਆਉਣਾ ਮੈਂ ਜਦੋਂ ਫੋਨ ਕੀਤਾ ਕਹਿੰਦੇ ਮੈਂ ਹੁਣੇ ਫੋਨ ਚੁੱਕਿਆ ਸੀ ਹੋਰ ਟੈਲੀਪੈਥੀ ਪਿਆਰ ਬਹੁਤ ਘੱਟ ਹੁੰਦਾ ਅੱਜ ਕੱਲ੍ਹ ਸਪੈਸ਼ਲੀ ਇਨ ਆਰ ਕਿੱਤਾ ਕਿੱਤੇ ਸਾਡੇ ਅਤੇ ਬਟ ਥੈਂਕ ਯੂ ਬਲੈਸ ਟੂ ਹੈਵ ਯੂਅਰ ਬ੍ਰਦਰ ਸੇਮ ਹੈ ਵੀਰੇ ਥੈਂਕ ਯੂ ਸੋ ਮਚ ਚਲੋ ਕੀ ਸੀ ਅਗਲਾ ਗਾਣਾ ਕੱਚ ਦੀਆਂ ਮੁੰਦਰਾਂ ਹਾਂਜੀ ਗਾਉਣਾ ਤੁਸੀਂ ਗਾਓ ਗਾਉਣਾ ਪੈਣਾ ਹਾਂਜੀ ਇਕੱਠੇ ਗਾ ਸਕਦੇ ਦੋ ਲਾਈਨਾਂ ਮੈਂ ਕਿੱਥੇ ਜਾਉਂਗਾ ਮੈਂ ਇੰਜੋਏ ਕਰੂੰਗਾ ਨਾ ਤੁਸੀਂ ਮੁੰਦਰਾਂ ਲਾਈ ਮੈਂ ਐ ਕਰਾਂਗਾ ਠੀਕ ਹੈ ਡਨ ਡਨ ਮੁੰਦਰਾਂ ਲਾਉਣੀ ਰਹੀ ਠੀਕ ਹੈ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਮੁੰਦਰਾਂ ਨਿਸ਼ਾਨੀਆਂ ਫਕੀਰ ਦੀਆਂ ਵਾਹ ਪੱਲੇ ਪਾ ਗਈਆਂ ਫਕੀਰੀ ਅੱਖਾਂ ਹੀਰ ਦੀਆਂ ਸਾਨੂੰ ਦੇ ਗਈਆਂ ਫਕੀਰੀ ਅੱਖਾਂ ਹੀਰ ਦੀਆਂ ਵਾਹ ਕਿਆ ਬਾਤ ਹੈ ਆਹ ਕਿਆ ਮਿਊਜ਼ੀਕਲ ਸ਼ਾਂਤੀ ਮਿਲ ਗਈ ਹੈ ਗਾਣੇ ਸੁਣਨ ਤੋਂ ਬਾਅਦ ਸ਼ਾਂਤੀ ਮਿਲੀ ਸ਼ਾਂਤੀ ਕਿੱਥੇ ਆ ਮਿਲੀ ਨਹੀਂ ਸ਼ਾਂਤੀ ਸ਼ਾਂਤੀ ਸੈੱਟ ਤੇ ਕੀ ਮਿਲ ਸ਼ਾਂਤੀ ਸੈੱਟ ਤੇ ਆ ਗਏ ਤੇ ਹੁਣ ਵਿਨਰ ਅਨਾਉਂਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋਹਾਂ ਨੂੰ ਰਿਕੁਐਸਟ ਕਰਦੀ ਕਿ ਤੁਸੀਂ ਮੇਰੇ ਕੋਲ ਆ ਜਾਓ ਪਰ ਵਿਨਰ ਅਸੀਂ ਅਨਾਉਂਸ ਹੋਣਾ ਨਹੀਂ ਚਾਹੁੰਦੇ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਅਸੀਂ ਨਹੀਂ ਜਾਣਾ ਸਾਡੇ ਅੱਜ ਦੇ ਇਸ ਸ਼ੋਅ ਦੇ ਜਿਹੜੇ ਵਿਨਰ ਨੇ ਪਹਿਲੀ ਵਾਰ ਮੈਨੂੰ ਆਏ ਹੋ ਰਿਹਾ ਕਿ ਇਹ ਸ਼ੋਅ ਬਹੁਤ ਛੇਤੀ ਖਤਮ ਹੋ ਗਿਆ ਕਿਉਂਕਿ ਮੈਂ ਵੀ ਸੀਰੀਅਸਲੀ ਚਾਹੁੰਦੀ ਸੀ ਕਿ ਤੁਸੀਂ ਖੇਡੀ ਜਾਓ ਬਟ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਇੰਨੇ ਸਵਾਲ ਮੇਰੇ ਕੋਲ ਵੀ ਨਹੀਂ ਸੀ ਟੂ ਬੀ ਵੈਰੀ ਓਨੈਸਟ ਤੇ ਹੁਣ ਫਾਈਨਲੀ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਆ ਚੁੱਕੀ ਹੈ ਜੀ ਸਾਡੇ ਅੱਜ ਦੇ ਇਸ ਸ਼ੋਅ ਦੇ ਵਿਨਰ ਨੇ ਇਹ ਜੀ ਵਿਦ 105 ਪੁਆਇੰਟਸ 105 ਨੰਬਰਾਂ ਨਾਲ ਜੇਤੂ ਕਰਾਰ ਕੀਤਾ ਮੈਂ ਟਰਾਫੀ ਵਾਪਸ ਕਰਨਾ ਚਾਹੁੰਦਾ ਮੈਂ ਟਰਾਫੀ ਦੀ ਟਰਾਫੀ ਬਣਾਉਂਗਾ ਇਹ ਅਸੀਂ ਸਾਂਝੀ ਕਰਨਾ ਚਾਹੁੰਦੇ ਹਾਂ ਮੈਂ ਕਹਿੰਦਾ ਵੀ ਮੈਂ ਘਰ ਨਹੀਂ ਰੱਖਾਂਗਾ ਇਹਦਾ ਉੱਪਰਲੇ ਮੈਂ ਰੱਖ ਲਾਂਗਾ ਤੁਸੀਂ ਪਲੇਟ ਤੁਸੀਂ ਰੱਖ ਲਿਓ ਫਿਰ ਆਪਾਂ 6 ਮਹੀਨੇ ਬਾਅਦ ਤੁਸੀਂ ਉੱਪਰਲਾ ਰੱਖ ਲਓ ਮੈਨੇਜਰ ਅਸੀਂ ਸਾਂਝੀ ਕਰ ਲਾਂਗੇ ਚਲੋ ਇੰਨਾ ਮੈਂ ਕਰ ਸਕਦਾ ਇਹ ਅਸੀਂ ਸਾਂਝੀ ਟਰਾਫੀ ਲੈ ਤੇ ਯੁਵਰਾਜ ਅਰੇ ਵੀ ਰੇ ਦੱਸ ਤੁਹਾਨੂੰ ਮਿਲੇ ਨੇ 95 ਪੁਆਇੰਟਸ ਜੀ ਬਹੁਤ ਛੋਟਾ 95 ਪੁਆਇੰਟਸ ਤੇ 10 ਲੱਖ ਦਾ ਚੈੱਕ ਓਹ ਇਹ ਤੇ ਹਾਰਨਾ ਮਨਜ਼ੂਰ ਹੈ ਤੇ ਇੱਕ ਛੋਟਾ ਜਿਹਾ ਤੋਹਫਾ ਹੋਰ ਹੈ ਤੁਹਾਡੇ ਲਈ ਤੇ ਇਹ ਤੁਹਾਡਾ ਸਾਂਝਾ ਗਿਫਟ ਮੈਂ ਕਹਿਣਾ ਚਾਹਾਂਗੀ ਵਾਹ ਕਿ ਤੁਸੀਂ ਦੋਹਾਂ ਨੇ ਆ ਮੇਰਾ ਆ ਤੁਹਾਡਾ ਮੇਰਾ ਆ ਤੁਹਾਡਾ ਆ ਮੇਰਾ 8 ਐਟਮਾਂ ਆ 4 4 ਤੁਹਾਡੀਆਂ 4 ਮੇਰੇ ਡਨ ਹੋ ਗਏ 4 ਬੈਸਟ ਮੇਰੀਆਂ ਨਹੀਂ ਮੇਰੇ 105 ਨੇ ਨਾ ਇੱਕ ਮੈਂ ਜੂਸ ਦੀ ਬੋਟਲ ਲੈ ਲਾਂਗਾ ਮੇਰੇ 105 ਪੁਆਇੰਟ ਚਲੋ ਠੀਕ ਤੁਹਾਨੂੰ ਇੱਕ ਬੋਨਸ ਮਿਲ ਰਿਹਾ ਸਾਨੂੰ ਇਹ ਮਿਲ ਰਿਹਾ ਹੈ ਇਹ ਹੁਣ ਸਾਨੂੰ ਸਮਝ ਨਹੀਂ ਆ ਰਹੀ ਇਹਦੇ ਵੀ ਦੰਦੀ ਬੰਟਰੀ ਦੱਸੋ ਇਹਨੂੰ ਮਕਾਵਾਂਗੇ ਕਿੱਦਾਂ ਮੌਕੇ ਜਾਣੇ ਆਰਾਮ ਨਾਲ ਬਹੁਤ ਚੰਗਾ ਲੱਗਿਆ ਤੇ ਇੱਕ ਤੁਹਾਡੇ ਦੋ ਸ਼ਬਦ ਐਜ਼ ਅ ਵਿਨਰ ਸਪੀਚ ਹੋ ਜਾਣ ਕਿਵੇਂ ਦਾ ਲੱਗਾ ਖੇਡ ਕੇ ਮੁਕਾਬਲਾ ਕਰਕੇ ਮੈਂ ਮੈਨੂੰ 4 ਦਿਨ ਚਾਹੀਦੇ ਆ ਇਮੋਸ਼ਨਲ ਹੋ ਗਿਆ ਮੈਂ ਐਕਸਾਈਟਡ ਇਨ ਹੋ ਗਿਆ ਕਿ ਮੈਂ ਇਮੋਸ਼ਨਲ ਹੋ ਗਿਆ ਨਹੀਂ ਬਹੁਤ ਅੱਛਾ ਲੱਗਿਆ ਸਾਨੂੰ ਪਤਾ ਲੱਗਿਆ ਘੰਟਾ ਕਦੋਂ ਹੋ ਗਿਆ ਇੱਥੇ ਐਕਚੁਅਲੀ ਹਨਾ ਤੇ ਮੈਂ ਅੱਜ ਮੇਰਾ ਦਿਲ ਸਾਫ ਆ ਮੈਂ ਕਹਿਣਾ ਚਾਹਣਾਗਾ ਕਿ ਇਹ ਜਿਹੜੀ ਗੇਮ ਮੈਂ ਜਿੱਤੀ ਹੈਗੀ ਇਹ ਮੈਂ ਚੀਟਿੰਗ ਨਾਲ ਜਿੱਤੀ ਹੈ ਜੀ ਅਤੇ ਇਹਦੇ ਵਿੱਚ ਸਾਰੇ ਜਿਹੜੀ ਇੱਥੇ ਬੰਦੇ ਬੈਠੇ ਸਾਰਿਆਂ ਦਾ ਹੱਥ ਆ ਈਵਨ ਕਿ ਸਾਊਂਡ ਰਿਕਾਰਡਰ ਦਾ ਵੀ ਹੱਥ ਆ ਉਹਨਾਂ ਨੇ ਮੇਰੇ ਮਾਈਕ 'ਚ ਬੋਲਿਆ ਹੈਗਾ ਕਿ ਆਹ ਆਹ ਕਰਦੇ ਰਹੋ ਤਾਂ ਇਹ ਮੈਂ ਥੈਂਕ ਯੂ ਜੀ ਇਹ ਵਾਲਾ ਗਿਫਟ ਮੈਂ ਖੋਇਆ ਹੈ ਮੈਨੂੰ ਬੜਾ ਮਜ਼ਾ ਆ ਰਿਹਾ ਹੈ ਮੇਰੇ ਤੋਂ ਖੋ ਕੇ ਇਹ ਜਿਹੜਾ ਮੈਂ ਪ੍ਰੋਮਿਸ ਕੀਤਾ ਕਿ 4 ਤੇਰੇ 4 ਮੇਰੇ ਕੋਲ ਕੁਛ ਨਹੀਂ ਹੋਣਾ ਇਹ ਗੱਡੀ 'ਚ ਮੈਂ ਲੌਕ ਕਰਕੇ ਰੱਖ ਲਵਾਂਗਾ ਅਤੇ ਮੈਨੂੰ ਬਹੁਤ ਅੱਛੀ ਤਰ੍ਹਾਂ ਖਾਊਂਗਾ ਰਸਤੇ ਜਲੰਧਰ ਜਾਂਦਾ ਜਾਂਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਡੇ ਦੋਹਾਂ ਦਾ ਇੰਨਾ ਫਨ ਸਾਡੇ ਸ਼ੋਅ ਦੇ ਵਿੱਚ ਸਾਨੂੰ ਕਰਨ ਲਈ ਯੈਸ ਕਰਨ ਲਈ ਵੀ ਇੰਜੋਏ ਕਰਨ ਲਈ ਵੀ ਤੇ ਆਈ ਹੋਪ ਕਿ ਤੁਸੀਂ ਸਾਡੇ ਤੋਂ ਵੱਧ ਇੰਜੋਏ ਕੀਤਾ ਹੋਣਾ ਇਹ ਸ਼ੋਅ ਮਿਲਾਂਗੇ ਅਗਲੇ ਸ਼ੁੱਕਰਵਾਰ ਸ਼ਾਮੀ 5 ਵਜੇ ਟਾਈਮ ਟਾਈਮ ਦੀ ਗੱਲ ਓਨਲੀ ਔਨ ਪਿਟਾਰਾ ਤੇ ਇਹਨਾਂ ਨਾਲ ਦੁਬਾਰਾ ਖਾ ਸ਼ੁੱਕਰਵਾਰ ਇਹਨਾਂ ਨਾਲ